ਹਰਕੀ ਬਾਬਾ 128। ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਕਿਰਪਾ ਕਰਕੇ ਸਮਾਜ ਸੇਵਕ, ਸੱਭਿਆਚਾਰਕ, ਧਾਰਮਿਕ ਬਿਰਤੀ ਵਾਲੇ ਲੋਕ ਅਤੇ ਫੇਸਬੁੱਕ ਵੱਡੇ ਵਿਦਵਾਨ ਅਤੇ ਬੀਬੀਆਂ ਸਾਡੀ ਵੀਡੀਓ ਨਾ ਦੇਖਣ, ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੇ ਨੇ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਗਾਲਾਂ ਨਾ ਕੱਢੀਏ, ਸਾਡੇ ਵੀਰ ਫਿਰ ਵੀ ਆਪਦੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ, ਗਾਲ ਨਿਕਲ ਜਾਂਦੀ ਹੈ। ਇਹ ਵੀਡੀਓ ਸਾਡੀ ਲੁੱਚੇ ਲੰਡੇ ਅਤੇ ਕਾਲੇ ਤੇਲ ਵਾਲੇ ਵੀਰਾਂ ਵਾਸਤੇ ਹੈ। ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾ ਹੀ ਉਹ ਘੰਟੀ ਦਬਾਓ, ਕਿਉਂਕਿ ਯੂਟਿਊਬ ਫੇਸਬੁੱਕ 'ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ, ਤੁਸੀਂ ਉਹ ਜਾ ਕੇ ਦੇਖੋ, ਸਾਡਾ ਗੰਦ ਨਾ ਦੇਖੋ। ਧੰਨਵਾਦ। ਇੰਡੀਆ ਕੇ ਇੱਕ ਮਿਡਲ ਕਲਾਸ ਫੈਮਿਲੀ ਕੇ ਲੜਕੇ ਨੇ ਆਪਣੀ ਫੈਮਿਲੀ ਕੋ ਖੁਸ਼ ਕੀਆ ਇੱਕ ਸਪੋਰਟਸ ਕਾਰ ਜੀਤ ਕੇ। ਆਪਕੇ ਪਾਸ ਵੀ ਇੱਕ ਚਾਂਸ ਹੈ ਫਰਾਰੀ 296 ਜੀਤਨੇ ਕਾ। ਉਸਨੇ ਜਸਟ ਲੱਕੀ ਡਰਾਈਵ ਕੰਪੀਟੀਸ਼ਨ ਮੇਂ ਭਾਗ ਲਿਆ ਥਾ ਜੋ ਕਿ ਵਨ ਵਿਨ ਕਰਾ ਰਹਾ ਹੈ। ਉਹਨੇ ਆਲਰੇਡੀ ਬਹੁਤ ਸਾਰੀਆਂ ਗਾੜੀਆਂ ਦੇ ਚੁੱਕੇ ਹੈ ਐਂਡ ਅਭੀ ਵੀ ਬਹੁਤ ਸਾਰੀ ਕਾ ਗਿਵਵੇ ਚਲਾ ਰਹਾ ਹੈ। ਮੇਰੇ ਕੋ ਲਗਤਾ ਜੇ ਬਹੀ ਓਪਰਚੁਨਿਟੀ ਹੈ ਜੋ ਆਪਕਾ ਵੇਟ ਕਰ ਰਹੀ ਥੀ, ਇਸ ਬਾਰ ਆਪਕੀ ਬਾਰੀ ਹੈ ਇਸਕਾ ਫਾਇਦਾ ਉਠਾਣੇ। ਚਿੰਤਾ ਮਤ ਕਰੋ, ਮੈਂ ਆਪਕੋ ਬਤਾਤਾ ਹੂੰ ਕਿ ਆਪ ਕੈਸੇ ਪ੍ਰੈਕਟਿਸ ਕਰ ਸਕਤੇ ਹੈਂ। ਫਸਟ ਸਬਸੇ ਪਹਿਲੇ ਆਪ ਵਨ ਵਿਨ ਕੀ ਵੈਬਸਾਈਟ ਪਰ ਜਾ ਕੇ ਰਜਿਸਟਰ ਕਰੇਂਗੇ। ਸੈਕੰਡ $10 ਕਾ ਟਾਪ ਅਪ ਕਰਕੇ ਆਪਕੋ ਇੱਕ ਐਸੀ ਟਿਕਟ ਮਿਲੇਗੀ ਜੋ ਐਸੀ ਦਿਖਤੀ ਹੈ। ਥਰਡ ਆਪਕੋ ਯਹੀ ਟਿਕਟ ਰੋਜ਼ ਮਿਲੇਗੀ ਜਬ ਆਪ ਖੇਲਨੇ ਜਾਓਗੇ, ਇਸ ਸੇ ਆਪਕੇ ਜਿੱਤਨੇ ਕੇ ਚਾਂਸ ਔਰ ਵੱਧ ਜਾਏਂਗੇ। ਇਨਕੇ ਪਾਸ ਸਿਰਫ ਕਾਰਜ ਹੀ ਨਹੀਂ, ਔਰ ਵੀ ਡੇਢ ਸਾਰੇ ਪ੍ਰਾਈਜ਼ ਹੋਤੇ ਹੈ, ਜੈਸੇ 25 ਆਈਫੋਨ, 25 ਮੈਕਬੁੱਕ, ਔਰ ਵੀ ਬਹੁਤ ਸਾਰੀ ਚੀਜ਼ੇ। ਫਿਫਥ ਗਿਵਅਵੇ ਕਾ ਰਿਜ਼ਲਟ ਹਰ ਮੰਥ ਕੀ 15 ਕੋ ਆਤਾ ਹੈ। ਜਿਤਨੀ ਆਪਕੇ ਪਾਸ ਜ਼ਿਆਦਾ ਟਿਕਟੇ ਹੋਏਗੀ, ਉਤਨੇ ਆਪਕੇ ਜਿੱਤਨੇ ਕੇ ਚਾਂਸ ਜ਼ਿਆਦਾ ਹੋਗੇ। ਯਾਦ ਰੱਖਣਾ, ਜਿਹੀ ਇੱਕ ਜ਼ਿੰਦਗੀ ਹੈ, ਆਪਕੋ ਹਰ ਇੱਕ ਓਪਰਚੁਨਿਟੀ ਕੇ ਲਈ ਟਰਾਈ ਕਰਨਾ ਚਾਹੀਏ। ਮੇਰੀ ਤਰਫ ਸੇ ਗੁੱਡ ਲੱਕ ਲੱਕੀ ਡਰਾਈਵ ਕੰਟੈਸਟ ਕੇ। ਅਬ ਇੰਤਜ਼ਾਰ ਮਤ ਕਰੋ, ਅਭੀ ਜਾ ਕੇ ਰਜਿਸਟਰ ਕਰੋ ਬਣ ਬਿਨ ਪਰ ਐਂਡ ਪੋਸਟ ਕਰੋ ਐਂਡ ਮੇਰੇ 7 ਫਰਾਰੀ ਜਿੱਤਨੇ ਕੇ ਮੌਕੇ ਮੇਂ ਜੁੜ ਜਾਓ। ਮੁਰਦਾਬਾਦ ਮੁਰਦਾਬਾਦ ਕਹੀ ਜਾਣੋ, ਹਜੇ ਤਾਂ ਕੰਜਰ ਦੇ ਕੱਠ ਚ ਜਾਣਾ, ਤੂੰ ਤਾਂ ਪਹਿਲੇ ਹਰਾਉਣ ਨੂੰ ਫਿਰਦੇ ਹੋ। ਚਲੋ ਦੁਬਾਰਾ ਚੱਕ ਦੋ, ਪੇਗ ਨਾ ਭਾਲਦੇ ਹੁਣ ਹੱਥਾਂ ਦੇ ਵੇਲੇ ਹੋਵੇ ਤਾਂ ਕਰਦੇ ਹੁਣ। ਪੇਗ ਵਾਲਾ ਟਾਈਮ ਹਜੇ ਹੋਇਆ ਨੀ, ਸੂਰਜ ਖੜਾ ਹੈ। ਚੰਗਾ ਚੰਗਾ, ਆਏ ਦੀ ਚੱਲਦੇ ਆ। ਚਲੋ ਫਿਰ, ਚਲੋ ਫਿਰ। ਕਾਲਾ ਜੁੱਤੀ ਵਾਲਾ ਜਿੰਦਾਬਾਦ, ਜਿੰਦਾਬਾਦ ਜੁੱਤੀ ਵਾਲਾ ਜਿੰਦਾਬਾਦ, ਜਿੰਦਾਬਾਦ ਲਾਉਂਗੇ ਝੰਡੇ ਦੇ ਨਿਸ਼ਾਨ ਤੇ। ਕਾਲਾ ਜੁੱਤੀ ਵਾਲਾ ਜਿੰਦਾਬਾਦ, ਜਿੰਦਾਬਾਦ ਹੋਰ ਕਿਤੇ ਲਾਉਂਗੇ ਝੰਡੇ ਦੇ ਨਿਸ਼ਾਨ ਤੇ। ਕਾਲਾ ਜੁੱਤੀ ਵਾਲਾ ਜਿੰਦਾਬਾਦ, ਜਿੰਦਾਬਾਦ ਹੋਰ ਕਿਤੇ ਲਾਉਂਗੇ ਲੰਡੇ ਚਿੜੇ ਦੇ ਨਿਸ਼ਾਨ ਤੇ। ਕਾਲਾ ਜੁੱਤੀ ਵਾਲਾ ਜਿੰਦਾਬਾਦ, ਜਿੰਦਾਬਾਦ ਹੋਰ ਕਿਤੇ ਲਾਉਂਗੇ ਲੰਡੇ ਚਿੜੇ ਦੇ ਨਿਸ਼ਾਨ ਤੇ। ਕਾਲਾ ਜੁੱਤੀ ਵਾਲਾ ਜਿੰਦਾਬਾਦ। ਆਜੋ 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 ਕਿਰਾਂ, ਇਹ ਤਾਂ ਆਪਣਾ ਘਰ ਹੀ ਹੈ, ਇਹ ਤਾਂ ਵੋਟ ਪੱਕੀ ਹੈ। ਸਿੰਧੀ, ਓ ਸਿੰਧੀ, ਉਹ ਮਰ ਜਾ ਮੱਗਰ ਨੂੰ, ਕੀ ਹੋ ਗਿਆ ਤੇ ਕੀ ਗੱਲ ਮੱਗਰਾ, ਤੈਨੂੰ ਪਤਾ ਨਹੀਂ ਹੈਗਾ ਤੇ ਕੱਠ ਮੰਨ ਕੇ ਸਾਡੇ ਘਰੇ ਆ ਗਿਆ, ਤੂੰ ਕੀ ਗੱਲ ਆ, ਤੈਨੂੰ ਪਤਾ ਨਹੀਂ ਗੱਲ ਦਾ ਨਾ, ਉਹ ਮੈਂ ਤਾਂ ਅੱਜ ਕੀ ਮੈਂਬਰੀ ਚ ਖੜਾ ਹੋ ਗਿਆ। ਸੱਚੀ? ਹਾਂ, 7 ਨੰਬਰ ਵਾਰਡ ਚ ਆਪਾਂ ਕਾਗਜ਼ ਭਰਤੇ। ਸ਼ੁਕਰ ਆ ਚੱਲ। ਹਾਂ, ਤੇ ਆਪਣੇ ਵਿਰੁੱਧ ਕਾਲਾ ਵੀ ਖੜਾ ਹੋਇਆ, ਉਹਨੂੰ ਨੀ ਵੋਟ ਪਾਉਣੀ? ਉਹਨੂੰ ਵੋਟ ਪਾਉਂਦੀ ਮੇਰੇ ਪੈਰ ਦੀ ਜੁੱਤੀ। ਹਾਂ, ਮੇਰੇ ਕੋਲੇ ਕਾਲੇ ਦਾ ਨਾਂ ਨਾਲ ਹੈ।
ਅਸ ਕਿਆ ਵੋਟ ਤਾਂ ਬੜੀ ਪੱਕੀ ਹੈ ਵੋਟ ਮੈਂ ਤੈਨੂੰ ਪਾਉਂਗੀ ਪਹਿਲਾਂ ਜੱਜ ਲਿਖ ਕੇ ਲੈ ਲਾ ਬਸ ਠੀਕ ਹੈ ਠੀਕ ਹੈ ਤੇ ਕਾਲੇ ਦਾ ਚੋਣ ਨਿਸ਼ਾਨ ਚਿੜਿਆ ਹੈਗਾ ਚਿੜਾ ਤਾਂ ਅਸਮਾਨ ਹੀ ਉੱਡਦਾ ਰਹੂਗਾ ਹਾਂ ਆਪਣਾ ਚੋਣ ਨਿਸ਼ਾਨ ਪਤਾ ਕੀ ਹੈ ਕੀ ਆ ਸੱਬਲ ਤੇਰੇ ਨਾਗ ਨਹੀਂ ਲੜਦੇ ਚੋਰ ਨਿਸ਼ਾਨ ਤਾਂ ਚੱਜ ਦਾ ਲੈ ਲੈਂਦਾ ਸੱਬਲ ਲੈ ਕੇ ਬਹਿ ਗਿਆ ਸਰਕਾਰ ਨੇ ਬੰਦਾ ਕ ਬੰਦਾ ਦੇਖ ਕੇ ਚੋਣ ਨਿਸ਼ਾਨ ਦਿੱਤੀ ਆ ਮੈਨੂੰ ਸੱਬਲ ਦਿੱਤੀ ਗੱਦਾ ਬਣਾ ਸਰਕਾਰ ਦਾ ਤੇ ਵੋਟ ਪੱਕੀ ਪਾਈ ਹੁਣ ਤੂੰ ਤੂੰ ਟੈਨਸ਼ਨ ਫ੍ਰੀ ਹੋ ਜਾ ਵੋਟ ਮੈਂ ਤੈਨੂੰ ਪਾਉਂ ਹਾਂ ਆ ਦੇ ਮੈਂ ਨੂੰ ਵੀ ਲੈ ਕੇ ਕਰ ਲੈ ਪੁੱਤ ਗੱਲ ਸਤਿ ਸ੍ਰੀ ਅਕਾਲ ਤੇ ਸੌਰੇ ਨੂੰ ਵੋਟ ਪਾਈ ਚੰਗਾ ਤੂੰ ਟੈਨਸ਼ਨ ਵਾਲੇ ਤੇਰੇ ਸੌਰੇ ਨੂੰ ਜਿਤਾ ਕੇ ਛੱਡੂਗੀ ਵੋਟ ਇਹਨੂੰ ਪਾਉਂਗੀ ਮੈਂ ਤੇ ਮੇਰੀ ਗੱਲ ਸੁਣ ਮੱਗਰਾ ਹਾਂ ਨਾ ਤਾਂ ਮੂਰਤੀ ਆਈ ਆ ਹਾਂ ਤੇ ਨਾ ਤੇਰੇ ਮੁੰਡੇ ਆਏ ਕੀ ਗੱਲ ਉਹ ਤਾਂ ਭੈਣ ਕਢਾਵੇ ਦੇ ਮੇਰਾ ਵਿਰੋਧ ਕਰੀ ਜਾਂਦੇ ਨੇ ਕਹਿੰਦੇ ਤੈਨੂੰ ਵੋਟ ਨਹੀਂ ਪਾਉਂਦੇ ਚੱਲ ਦੋ ਵੋਟਾਂ ਨਾਲ ਕਿਹੜਾ ਪਹਾੜਨ ਲੱਗੇ ਆ ਤੂੰ ਟੈਨਸ਼ਨ ਨਾ ਲੈ ਤੂੰ ਜਿੱਤ ਕੇ ਜਿੱਥੇ ਛਿੰਦੀ ਖੜਗੀ ਨਾ ਤੇ ਇਧਰਲਾ ਪਾਸਾ ਇਧਰ ਹੋ ਜੂ ਵੋਟ ਤੈਨੂੰ ਪਾਉਂਦੇ ਆ ਦੇ ਆਪਣੇ ਸਾਰੇ ਭਾਈ ਨੇ ਨੂੰ ਮੇਰੇ ਨਾਲ ਆ ਲਾਲ ਆਪਣੇ ਨਾਲ ਆ ਸਾਰੇ ਬੰਦੇ ਨਾਲ ਆ ਜਾਓ ਭਾਈ ਚਾਹ ਬਣਾ ਲੈ ਨਹੀਂ ਠੰਡਾ ਪੀ ਕੇ ਜਾਇਓ ਨਾ ਨਾ ਬਸ ਬਸ ਤੂੰ ਵੋਟ ਪਾ ਦੀ ਤੇ ਇੱਕ ਦਿਨ ਪਹਿਲਾਂ ਆ ਜੀ ਵੋਟਾਂ ਤੋਂ ਤੂੰ ਟੈਨਸ਼ਨ ਲਾ ਲੈ ਤੂੰ ਟੈਨਸ਼ਨ ਫ੍ਰੀ ਹੋ ਜਾ ਆ ਚੋਣ ਨਿਸ਼ਾਨ ਸੱਬਲ ਤੇ ਸੱਬਲ ਤੇ ਮੋਹਰ ਲਾ ਕੇ ਆਉਂਗੀ ਮੈਂ ਹਾਂ ਆ ਪੋਸਟਰ ਵੀ ਦੇਖ ਲੈ ਆ ਦੇਖ ਹਾਂ ਦੇਖ ਲੈ ਕਿੰਨੀ ਸਾਰੀ ਮੈਂ ਮਰ ਜਾ ਵੇ ਕਿੱਡਾ ਸੋਹਣਾ ਲੱਗਦਾ ਤੈਨੂੰ ਆ ਸੋਹਣਾ ਤਾਂ ਫਿਰ ਮੈਂ ਸ਼ੁਰੂ ਤੋਂ ਹੀ ਹੈ ਨਹੀਂ ਆ ਜਾ ਭੈਣ ਚਾਹ ਪਾਣੀ ਨਾ ਭੈਣ ਬਸ ਫੇਰ ਪਹਿਲੀ ਵਾਰ ਸਾਡੇ ਘਰੇ ਆਈ ਆ ਵੋਟਾਂ ਮੰਗ ਲਈ ਬਾਅਦ ਚੋਂ ਆਉਂਗੀ ਚੱਲ ਕੋਈ ਨਹੀਂ ਮੈਂ ਇਹਨੂੰ ਕਿਹਾ ਵੀ ਦੋ ਚਾਰ ਬੁੜੀਆਂ ਦੇ ਘਰੇ ਮੇਰੇ ਨਾਲ ਵਗ ਜਾ ਬਾਕੀ ਤਾਂ ਅਸੀਂ ਬੰਦੇ ਬੰਦੇ ਮੰਗ ਲਾਂਗੇ ਚੱਲ ਕੋਈ ਨਹੀਂ ਕੀ ਹੁੰਦਾ ਤੇਰਾ ਸਹੁਰਾ ਹੈਗਾ ਪਿਓਮਾ ਵਰਗਾ ਹੈਗਾ ਕਿੱਥੇ ਲਾਏਗੀ ਇਹਨੂੰ ਤੂੰ ਮਰ ਜੇ ਹੋਰ ਕਿੱਥੇ ਲਾਉਣਾ ਗੇਟ ਤੇ ਲਾਉਂਗੀ ਵਾ ਠੀਕ ਹੈ ਠੀਕ ਹੈ ਬੈਠ ਨਾ ਗੱਲਾਂ ਕਰਦਾ ਪਾਈ ਚੰਗਾ ਫਿਰ ਤੇ ਹੋਰ ਤੈਨੂੰ ਕਿਵੇਂ ਕਹਾਂ ਚੰਗਾ ਚੰਗਾ ਆ ਜਾ ਕਰਾ ਤਾਂ ਪੱਕੀਆਂ ਵੋਟਾਂ ਨੇ ਆਪਾਂ ਜਿੰਦਾਬਾਦ ਜਿੰਦਾਬਾਦ ਹੋਰ ਕਿਨੂੰ ਲਾਉਂਗੇ ਲੰਡੇ ਚਿੜੇ ਦੇ ਨਿਸ਼ਾਨ ਤੇ ਕਾਲਾ ਯੂਪੀ ਵਾਲਾ ਜਿੰਦਾਬਾਦ ਜਿੰਦਾਬਾਦ ਹੋਰ ਕਿਨੂੰ ਲਾਉਂਗੇ ਲੰਡੇ ਚਿੜੇ ਦੇ ਨਿਸ਼ਾਨ ਤੇ ਸਤਿ ਸ੍ਰੀ ਅਕਾਲ ਜੀ ਇਹ ਆਪਣਾ ਭਰਾ ਖੜਾ ਕੀਤਾ ਵੋਟਾਂ ਚ ਆਪਾਂ ਨੇ ਪਾਵਾਂਗੇ ਜੋ ਆਇਆ ਗਿਆ ਇਹ ਠੀਕ ਹੈ ਨਾ ਇਹਨੂੰ ਵੋਟਾਂ ਪਾਉਣੀਆਂ ਵੀ ਨੇ ਇਹ ਹੋਣੀਆਂ ਵੀ ਨੇ ਚੌਂ ਨਿਸ਼ਾਨ ਹੈਗਾ ਲੰਡਾ ਚਿੜਾ ਪਾ ਦੇਾਂਗੇ ਤਾਂ ਰੱਖਣਾ ਸਾਰੇ ਕੰਮ ਹੋਣਗੇ ਚੰਗਾ ਮੈਂ ਪਵਾਵਾਂਗੇ ਬਸ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਠੀਕ ਹੈ ਨਾ ਚਲੋ ਜੀ ਪਾ ਦਿਓ ਜੀ ਜ਼ਰੂਰ ਵੋਟਾਂ ਦੱਬ ਕੇ ਸਪੋਰਟ ਕਰਿਓ ਬਾਈ ਜੀ ਬਾਈ ਜੀ ਕਰੀ ਨੇ ਯਾਰ ਚਲੋ ਚਲੋ ਚੋਣ ਨਿਸ਼ਾਨ ਆਪਣਾ ਲੰਡਾ ਚੜਾ ਇਸ ਵਾਰ ਵੋਟਾਂ ਤੁਸੀਂ ਸਾਨੂੰ ਪਾਉਣੀਆਂ ਨੇ ਕੋਈ ਨੀ ਕਾਲੇ ਟੈਨਸ਼ਨ ਵਾਲੇ ਵੋਟ ਮੈਂ ਤੈਨੂੰ ਪਾਉਂਗੀ ਬਸ ਆਹੀ ਗੱਲ ਚਾਹੀਦੀ ਖੁਸ਼ੀ ਨੀ ਉਹ ਤਾਂ ਨਾ ਮੇਰੇ ਮਾਮੇ ਕੇ ਢਿੱਲੇ ਹੋ ਗਏ ਸੀ ਤਿੰਨ ਚਾਰ ਦਿਨ ਉੱਥੇ ਲਾ ਕੇ ਆਊਗੀ ਹਜੇ ਉਹਦੀ ਕਿਹੜੀ ਵੋਟ ਬਣੀ ਇੱਥੇ ਨਹੀਂ ਵੋਟ ਤਾਂ ਨਹੀਂ ਬਣੀ ਇਹਨੀ ਨਾਲ ਪ੍ਰਚਾਰ ਦਾ ਕਰਾ ਦੂਗੀ ਆਪਣੇ ਸਹੀ ਗੱਲ ਹੈ ਤੇ ਮੈਂ ਹੈਗੀ ਮੈਂ ਚੱਲੂਗੀ ਤੁਹਾਡੇ ਨਾਲ ਚੱਲ ਤੂੰ ਤਾਂ ਹੈਗੀ ਹੈਗੀ ਚਲੋ ਇਹ ਤਾਂ ਹੋਰ ਵੀ ਚੰਗੀ ਗੱਲ ਹੈ ਨਾਲੇ ਨਾ ਮੈਂਬਰੀ ਚ ਹੋਰ ਵੀ ਆਪਣੇ ਪਿੰਡ ਚੋਂ ਕਈ ਬੰਦੇ ਉੱਠੇ ਆ ਇੱਕ ਤਾਂ ਮੱਗਰ ਉੱਠਿਆ ਦੋ ਤਿੰਨ ਜਣੇ ਹੋਰ ਉੱਠੇ ਆ ਪਰ ਤੁਸੀਂ ਉਹਨਾਂ ਨੂੰ ਕੋਈ ਵੋਟ ਨਹੀਂ ਪਾਉਣੀਗੀ ਬੇ ਵੋਟ ਤਾਂ ਮੇਰੀ ਤੈਨੂੰ ਆਊਗੀ ਮੱਗਰ ਨੂੰ ਮੈਂ ਹੀ ਨਹੀਂ ਪਾਉਂਦੀ ਵੋਟ ਸਹੀ ਗੱਲ ਹੈ ਦੇਖੋ ਸ਼ਿੰਦੀ ਸੋਨੀ ਨਾਲ ਤੁਹਾਡੀ ਇੰਨੀ ਲਿਆ ਜਾ ਠੀਕ ਹੈ ਮੁੱਲ ਮੋੜ ਦਿਓ ਬੇ ਜਿੱਧਰ ਸੋਨੀ ਕਹੂਗੀ ਵੋਟ ਮੈਂ ਉੱਧਰ ਪਾਉਂਗੀ ਹਾਂ ਐ ਤਾਂ ਸਿਆਣੀ ਐ ਸਿੰਦੀ ਸਾਨੂੰ ਵੀ ਵੋਟ ਪਾਉਂਗੀ ਸੋਨੀ ਦੀ ਗੱਲ ਸੁਣ ਬੜੀ ਸ਼ਰਤ ਤੇ ਗੱਲ ਸੁਣ ਮੜੀ ਚੱਲ ਸੋਨੀ ਗੱਲ ਕਰਿਆ ਤੇ ਅਸੀਂ ਚੱਲਦੇ ਆਂ ਨੀ ਆ ਜਾ ਨੀ ਹਾਂ ਮੇਰੀ ਗੱਲ ਸੁਣ ਭੈਣੇ ਰਾਜੀ ਦੇ ਗੁੱਸੇ ਰ ਮੈਂ ਤਾਂ ਤੇਰੇ ਮੂੰਹ ਨੂੰ ਹਾਂ ਕਰਤੀ
ਅੱਛਾ ਵੋਟ ਤਾਂ ਮੈਂ ਮੱਗਰ ਨੂੰ ਪਾਉਂਗੀ। ਆਏ ਨਹੀਂ ਨਹੀਂ ਆਹ ਗੱਲ ਕਹਿ ਕਿੱਦਾਂ ਦੇਨੇ ਮੇਰਾ ਦਿਲ ਜਿੱਤ ਲਿਆ। ਉਹ ਤਾਂ ਮੈਨੂੰ ਪਤਾ ਹੀ ਆ ਵੀ ਤੂੰ ਮੱਗਰ ਨੂੰ ਪਾਏਂਗੀ ਵੋਟ। ਮੈਂ ਸਿਆਣੇ ਦੀਆਂ ਗੱਲਾਂ ਸੱਚੀਆਂ ਨਾ। ਹਾਂ ਸੁਣੋ ਸਭ ਦੀ ਤੇ ਕਰੋ ਉਹਦੇ ਮਨ ਦੀ। ਮਨ ਦੀ ਮਾਤਾ ਦੇ ਮਨ ਨਾਲ ਵੋਟ ਪਾਉਂਗੀ, ਮੱਗਰ ਨੂੰ ਪਾਉਂਗੀ ਭਾਣੇ ਰਾਜੀ ਰੇ ਗੁੱਸੇ ਰੇ। ਨਹੀਂ ਮੈਂ ਤੈਨੂੰ ਕਦੋਂ ਕਹਿੰਦੀ ਆ ਵੀ ਤੂੰ ਕਾਲੇ ਨੂੰ ਪਾ ਦੇ। ਮੈਂ ਤਾਂ ਆਪ ਕਹਿੰਦੀ ਆ ਵੀ ਆਪਣੀ ਵੋਟ ਤਾਂ ਮੱਗਰ ਨੂੰ ਹੀ ਜਾਊਗੀ, ਤਾਂ ਇੱਕ ਉੱਪਰੋਂ ਉੱਪਰੋਂ ਕਹਿਣਾ ਪੈਂਦਾ ਗਾ। ਸੱਚੇ ਪਾਤਸ਼ਾਹ ਕਰਕੇ ਮੱਗਰ ਜਿੱਤ ਜੇ ਆਪਾਂ ਜਿੱਤ ਆਵਾਂਗੇ ਤੇ ਹੋਰ। ਮੇਰੀ ਗੱਲ ਸੁਣ ਹੁਣ ਤੂੰ, ਵਾਲੀਆਂ ਗੱਲਾਂ ਨਾ ਮਾਰ, ਸਾਡੇ ਨਾਲ ਪੰਜ ਚਾਰ ਕਰ ਆਪਦਾ ਪ੍ਰਚਾਰ ਕਰਾ ਕੇ। ਮੇਰਾ ਕੰਮ ਪੈ ਰੋਟੀ ਰੋਟੀ ਬਣਾਉਣੀ, ਤੂੰ ਵਗ ਜਾ। ਚੱਲ ਰੋਟੀ ਰੋਟੀ ਨੂੰ ਕੀ ਆ, ਤੂੰ ਤਾਂ ਅੰਨੇ ਬਹਾਨੇ ਕਰਦੀ ਹੁੰਦੀ ਆਂ ਕਿ ਤੂੰ ਆ ਜਾ, ਇਕੱਠੀਆਂ ਮਸਾਂ ਤਾਂ ਹੋਈਆਂ ਗਈਆਂ ਆਪਾਂ। ਚੱਲ ਭੱਜ ਕੇ ਰਲੀ ਉਹਨਾਂ ਨਾਲ, ਭੱਜ ਲਾ ਤੂੰ। ਟਿੱਕੀ ਚੁੱਕੀ ਚੱਕ ਦਿਆਂਗੇ, ਉਹਦੇ ਕੋਲ ਰੱਖ ਦਿਆਂਗੇ। ਆ ਜੁੱਪੀ ਵਾਲਾ ਜਿੰਦਾਬਾਦ ਜਿੰਦਾਬਾਦ। ਓਏ ਕਿਉਂ ਕਾਲਿਆ, ਸੰਗ ਪੜਵਾਇਆ, ਜਿਤਨਾ ਤਾਂ ਤੂੰ ਹੈ ਨਹੀਂ ਯਾਰ। ਕੋਈ ਗੱਲ ਨਹੀਂ, ਮਗਰਾ ਤੂੰ ਮੈਥੋਂ ਕਿਤੇ ਹੁਣੇ ਨਾ ਹਾਰ ਪਵਾ ਲਈ ਤਾਂ ਮੌਕੇ ਦੱਸੂਗਾ। ਓ ਕੀ ਮੌਕਾ ਦੱਸੂਗਾ ਤੂੰ, ਹਜੇ ਵੀ ਬਹਿ ਜਾ। ਕਿਉਂ ਬੈਠ ਜਾ ਯਾਰ, ਤੇਰੇ ਕੀ ਘਰੋਂ ਖਾਂਦੇ ਅਸੀਂ। ਕੀ ਯਾਰ ਤੂੰ ਆ ਬੁੜੀਆਂ ਜਿਹੀਆਂ ਲਈ ਫਿਰਦਾ, ਜਿੱਤ ਜੇ ਆਏ ਤੂੰ। ਕਿਉਂ, ਇਹ ਬੱਕਰੀਆਂ ਨੇ ਬੰਦੇ ਨੇ ਵੀ। ਓਏ ਜੰਗ ਹਮੇਸ਼ਾ ਬੰਦਿਆਂ ਨਾਲ ਜਿੱਤੀ ਜਾਂਦੀ ਹੈ, ਬੁੜੀਆਂ ਨਾਲ ਨਹੀਂ ਜਿੱਤੀ ਜਾਂਦੀ। ਘਰੇ ਹਮੇਸ਼ਾ ਬੁੜੀਆਂ ਦੀ ਚੱਲਦੀ ਹੁੰਦੀ ਹੈ, ਤੈਨੂੰ ਪਤਾ ਹੋਣਾ ਚਾਹੀਦਾ ਬੇਸ਼ਰਮਾ। ਓਏ ਤੂੰ ਬਹਿ ਜਾ ਹਜੇ ਵੀ। ਮੈਂ ਤਾਂ ਬਹਿੰਦਾ ਨਹੀਂ ਯਾਰ, ਤੂੰ ਕਿਵੇਂ ਕਰ ਲੇਗਾ। ਤੂੰ ਛਿੰਦੀ ਹੈ, ਤੂੰ ਦੁਸ਼ਮਣ ਨਾਲ ਤੁਰੀ ਫਿਰਦੀ ਆ ਮੇਰੇ ਨਾਲ। ਵੇ ਤੂੰ ਮਰ ਜੇ, ਮੈਨੂੰ ਕਿਸੇ ਤੱਕ ਵੀ ਕੰਮ ਪੈ ਸਕਦਾ, ਮੈਨੂੰ ਸੋਨੀ ਲਿਆਈ ਨਾਲ। ਸੋਨੀ ਲਈ ਤੂੰ ਸਾਡੇ ਨਾਲ ਚੱਲ। ਕਿਉਂ, ਛਿੰਦੀ ਤੇਰੀ ਮੁੱਲ ਖਰੀਦੀ ਹੋਈ ਆ। ਹਾਂ ਮੁੱਲ ਖਰੀਦੀ ਆ, ਸਾਡਾ ਪਰਿਵਾਰਕ ਸਾਂਝ ਆ ਯਾਰ। ਤੇ ਸਾਡਾ ਕਿਹੜਾ ਵੱਟ ਦਾ ਰੌਲਾ ਚੱਲਦਾ ਵੇ ਛਿੰਦੀ ਏ। ਚੱਲ ਕੋਈ ਗੱਲ ਨੀ, ਤੁਰੀ ਫਿਰ ਇਹਨਾਂ ਨਾਲ, ਵੋਟ ਤਾਂ ਸਾਨੂੰ ਹੀ ਪਾਊ। ਇਹ ਤਾਂ ਮੌਕਾ ਦੱਸੂਗਾ ਫਿਰ। ਹਾਂ ਇਹ ਮੱਕਰਾ ਮੇਰੀ ਗੱਲ ਸੁਣ, ਜੇ ਦੋ ਮਾਲ ਘੁਲਦੇ ਹੋਣ, ਇੱਕ ਮਾਲ ਢੈਂਦਾ ਹੀ ਹੁੰਦਾ, ਇਹੀ ਢਊਗਾ। ਇਹਦਾ ਤੇਰਾ ਭੁਲੇਖਾ ਗਾ, ਤੈਨੂੰ ਤੇਰੇ ਨਾਲ ਦੀ ਫਰਾਉਣਗੇ, ਤੂੰ ਗੱਲਾਂ ਕਿਹੜੀਆਂ ਕਰਦਾ। ਓਏ ਦੇਖੀ ਚੱਲੀ ਫਿਰਤੇ, ਅੱਜ ਤਾਂ 500 ਵੋਟਾਂ ਤੇ ਜਿੱਤਾਂਗੇ। ਇਹਦਾ ਮੌਕੇ ਤੇ ਪਤਾ ਲੱਗੂ ਕਿਹੜਾ ਜਿੱਤੂ ਕਿਹੜਾ ਹਾਰੂ। ਦੱਸ ਗਾ ਲਾਲਾ ਇਹਨਾਂ ਨੂੰ ਯਾਰ। ਭਾਈ ਐਨ ਕਿਉਂ ਕਰ ਦਿਓਗੇ, ਹੈ ਦੱਸ ਵੋਟਾਂ 'ਚ ਕੌਣ ਨਹੀਂ ਖੜੇ ਹੁੰਦੇ, ਦੁਸ਼ਮਣੀ ਉਹੀ ਪਾਈ ਜਾਂਦੇ। ਸਾਂਝੀ ਗੱਲ ਆਪਣੀ ਹੈ। ਉਹ ਕਰੇੜਾ ਤੂੰ ਦੁਕਾਨ ਤੇ ਤਾਂ ਹੋਰ ਹੀ ਗੱਲਾਂ ਕਰਦਾ ਸੀ, ਹੁਣ ਇੱਧਰ ਰਲਿਆ ਫਿਰਦਾ ਹੈ। ਨਹੀਂ ਕਰ ਤੇਰੇ ਨਾਲ ਵੀ ਕਿਹੜਾ। ਓਏ ਲਾਲਾ ਕੀ ਹੈ ਭਾਈਆ ਯਾਰ, ਮੇਰਾ ਇਹ ਗੱਲਾਂ ਕਿਹਨੇ ਕਰਦਾ ਤੂੰ। ਤੇ ਸਾਡੇ ਨਾਲ ਤੇਰੀ ਗੋਲੀ ਚੱਲੀ ਆ। ਓਏ ਚੱਕ ਕੇ ਤੇਰੇ ਨਾਲ ਗੇੜਾ ਦਵਾ ਦਿੰਦਾ। ਕਾਲਿਆ ਮੈਂ ਹੁਣ ਵੀ ਕਹਿਣਾ, ਕਾਗਜ਼ ਆਪਦੇ ਵਾਪਸ ਲੈ ਕੇ ਬਹਿ ਜਾ, ਵਧੀਆ ਰਹੇਗਾ। ਯਾਰ ਤੂੰ ਮੈਨੂੰ ਐ ਦੱਸ, ਤੂੰ ਜਿੱਤ ਕੇ ਕੀ ਕਰੇਗਾ, ਤੇਰੀ ਜ਼ਿੰਦਗੀ ਦੇ 4 ਦਿਨ ਰਹਿ ਗਏ, ਮਰੇਗਾ ਚੌਰੇ ਅੱਧ ਵਿਚਾਲਿਓ। ਓਏ ਤੂੰ ਮੂੰਹ ਦਿਖਾਉਣ ਜੁੱਗਾ ਨਹੀਂ ਰਹਿਣਾ, ਹਜੇ ਵੀ ਬਹਿ ਜਾ, ਮੈਂ ਤੇਰਾ ਘਰ ਘੁਰ ਪਵਾ ਦੂੰ। ਤੂੰ ਕੌਣ ਹੁੰਦਾ ਯਾਰ ਸਾਡਾ ਘਰ ਪਾਉਣ ਵਾਲਾ, ਤੇਰੀ ਹਿੰਮਤ ਕਿਵੇਂ ਹੋਈ ਇਹ ਗੱਲ ਕਹਿਣ ਦੀ। ਬੇ ਮੱਗਰਾ ਤੈਨੂੰ ਵੋਟ ਨਹੀਂ ਕਿਸੇ ਨੇ ਪਾਉਣੀ, ਜੇ ਤੂੰ ਆਹੀ ਲੜੀ ਜਾਵੇਂਗਾ। ਮੈਂ ਕਿੱਥੇ ਲੜਦਾ, ਦੇਖ ਮੇਰੇ ਨਾਲ ਇੰਨੇ ਲੋਕ ਇਕੱਠੇ ਹੋਏ, ਸਾਰਾ ਪਿੰਡ ਕਹਿੰਦਾ ਮੱਗਰ ਵੱਖੀ ਬਣ ਜਾ। ਮਰਜ਼ੀ ਤੈਨੂੰ ਕਿਸੇ ਤੱਕ ਵੀ ਕੰਮ ਪੈ ਸਕਦਾ, ਇਹਦੇ ਥਾਂ ਮੈਂ ਕੰਮ ਪੂ ਮੈਨੂੰ ਲਈ ਫਿਰਦਾ ਇਹ ਬੰਦੇ, ਇਹਨਾਂ ਚੋਂ ਅੱਧੇ ਦੀਆਂ ਤਾਂ ਵੋਟਾਂ ਹੀ ਨਹੀਂ ਬਣੀਆਂ। ਤੈਨੂੰ ਰਾਂ ਸਮਝਾਉਂਦਾ ਨਹੀਂ ਇਹਨੂੰ, ਸਾਬਦੀਆਂ ਵੋਟਾਂ ਨੇ ਯਾਰ, ਕਿਉਂ ਆਪਾਂ ਟਾਈਮ ਖਰਾਬ ਕਰ ਚੱਲੀਏ। ਚਲ ਚਲ ਨਾਰਾ ਲਾ ਦਈਏ, ਕੱਲ ਦੇਖ ਲਾਂਗੇ ਫਿਰ। ਕਾਲਾ ਜੁੱਪੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬੋਲੋ ਬੋਲੋ ਮੱਗਰ ਬੱਕੀ ਪਾਰ ਜਿੰਦਾਬਾਦ ਜਿੰਦਾਬਾਦ। ਨਿਕਾਟੋ ਭਾਂਡੇ ਤੇ ਜੱਜ ਨਾਲ ਧੋ ਲੈਂਦੀ, ਆ ਦਾਗ ਜੇ ਤੋਂ ਮੇ ਲੱਗੇ ਪਏ ਆ। ਉਹ ਗੱਲ ਆ ਗਈ, ਨਾਲੇ ਬੱਕਰੀ ਦੁੱਧ ਦੇਵੇ, ਨਾਲੇ ਮੀਂਗਣਾ ਪਾ ਕੇ, ਜੇ ਤੈਨੂੰ ਕੰਮ ਕਰਨਾ ਪੈ ਗਿਆ ਤੈਨੂੰ ਪਿੱਸੂ ਪੈ ਗਏ। ਹਾਂ ਕੁੜੀ ਚ ਨਗੋਚਾਂ ਕੱਢੀ ਜਾਂਦੀ ਆ, ਇਦੋਂ ਤਾਂ ਆਪ ਧੋ ਲਿਆ ਕਰ। ਤੇ ਤੂੰ ਕਰ ਲਾ, ਤੂੰ ਇੱਥੇ ਬੈਠੀ ਕਰਦੀ ਆ। ਮੈਂ ਮਾਲਕਣ ਘਰ ਦੀ ਸਰਦਾਰ ਨਹੀਂ, ਮੈਂ ਭਾਂਡੇ ਮਾਂਜਾਂ ਤੁਹਾਡੇ। ਅੱਛਾ ਹੋਰ ਤੇਰਾ ਸੀ ਮੂੰਹ ਦੇਖਣਾ। ਮੂੰਹ ਹੀ ਦੇਖਣਾ, ਮੂੰਹ ਦੇਖਣ ਵਾਸਤੇ ਲਿਆਂਦੀ ਹੋਈ ਆ ਮੈਂ। ਹੁਣ ਤੂੰ ਇਹਦਾ ਮੂੰਹ ਝਾਕੀ ਜਾਏਂਗੀ, ਫੇਰ ਲਾ ਬੱਕਰ। ਉਹੀ ਤਾਂ ਮੈਂ ਕਹਿੰਦੀ ਲੱਛਣ ਕਰਦੀ ਆ, ਲੱਛਣ ਇਹ ਨਾ ਪੁੱਤ ਕਰ ਕੰਮ, ਆਪਾਂ ਚੱਲਾਂਗਾ ਕੋਟ ਦੂਨੇ, ਦੋ ਦਿਨ ਪਹਿਲਾਂ ਚੱਲਾਂਗਾ, ਕੰਮ ਕਰ ਤੂੰ ਇਹਦੇ ਮਗਰ ਕੀ ਲੱਗਣਾ, ਬੈਲਣ ਮਗਰ। ਤੂੰ ਕੋਟ ਦੂਨੇ ਕਿੱਥਾਂ ਫੜ ਲਈ ਜਾਣਾ, ਤੂੰ ਕੀ ਲੱਗਦੀ ਆ ਉੱਥੋਂ ਦੀ। ਹਾਂ
ਲੈ ਮੇਰੀ ਰਿਸ਼ਤੇਦਾਰੀ ਹੈ ਮੈਂ ਤਾਂ ਜਾਊਂਗੀ ਸਰਦਾਰ ਜੀ ਆਪ ਆ ਕੇ ਕਹਿ ਕੇ ਗਏ ਆ ਸਰਦਾਰ ਜੀ ਆ ਗਏ ਸਰਦਾਰ ਤਾਂ ਸਭ ਕੁਛ ਕਹੂ ਉਹ ਵੀ ਕਰਦੀ ਤੂੰ ਤਿੰਨ ਵਾਰੀ ਕਹਿ ਕੇ ਗਿਆ ਗੁੜ ਮੈਂ ਤਾਂ ਉੱਥੇ ਕਿਸੇ ਨੇ ਨਹੀਂ ਜਾਣਾ ਮੈਂ ਇਕੱਲੀ ਜਾਊਂਗੀ ਉੱਥੇ ਹੈ ਵੋਟਾਂ ਦੇ ਦਿਨ ਚੱਲਦੇ ਨੇ ਸ਼ਰਾਬੀ ਕਬਾਬ ਵੀ ਫਿਰਦੇ ਹੋਣਗੇ ਜੇ ਉੱਥੇ ਸੋਡੀ ਕਿਸੇ ਦੀ ਬਾਂਹ ਫੜ ਲਈ ਮੈਂ ਕੀ ਮੂੰਹ ਦਿਖਾਊਂ ਆ ਕੇ ਤਿਲਕਣਪੁਰੇ 'ਚ ਅਸੀਂ ਇੰਨੀਆਂ ਵੀ ਮਾੜੀਆਂ ਤੁਰੀਆਂ ਫਿਰਦੀਆਂ ਮਾੜੀਆਂ ਹੀ ਆ ਜਿਹੜੀ ਇੰਨੀ ਬੁੱਢੀ ਖੋਲੀ ਸਕੀਨੀ ਲਾ ਲਾ ਬਹਿਣੀ ਹੈਗੀ ਲੋਕ ਤਾਂ ਮਾੜੀ ਵੀ ਬਣਾ ਦਿੰਦੇ ਨੇਗੇ ਤੂੰ ਪੁੱਤ ਉੱਥੇ ਕੀ ਕਰੇਗੀ ਮੈਂ ਉੱਥੇ ਇਕੱਲੀ ਕਹਾਂਗੀ ਦੋ ਚਾਰ ਘਰਾਂ 'ਚ ਜਿਨ੍ਹਾਂ 'ਚ ਕਹਿਣਾ ਗਾ ਤੂੰ ਇਕੱਲੀ ਜਾ ਕੇ ਬੁੜੇ ਦੇਖੇਂਗੇ ਉੱਥੇ ਮੈਂ ਤਾਂ ਬੁੜੇ ਹੀ ਦੇਖੂੰਗੀ ਆਪਦੀ ਤਾਂ ਗੱਲ ਨਹੀਂ ਕਰਦੀ ਫਿਰ ਤੂੰ ਸਾਨੂੰ ਦੱਸਦੀ ਮਾੜੇ ਜਿਹੋ ਜਿਹੀ ਕੋਕੋ ਹੈ ਕੋਹ ਕੋਕੋ ਦੇ ਬੱਚੇ ਜਿਹੋ ਜਿਹਾ ਭੈਣ ਦਾ ਖਸਮ ਆਪ ਸੀ ਉਹੇ ਜੀ ਆ ਲਿਆਤੀ ਇੱਥੇ ਡੇਲੇ ਕੱਢਦੀ ਦੇਖ ਮਾਰੂ ਚੱਕ ਕੇ ਕੁਛ ਤੈਨੂੰ ਲਿਆ ਦੂੰਗੀ ਮੈਂ ਇੱਥੇ ਕਿਤੇ ਸੇਲ ਸੂਲ ਲੱਗੂਗੀ ਉੱਥੋਂ ਲਿਆ ਦੂੰਗੀ ਹੋਰ ਤਾਂ ਕਹਾ ਮੈਂ ਕਹਿੰਦੀ ਤੈਨੂੰ ਹੁਣ ਮੈਂ 5000 ਦਾ ਸੂਟ ਲਿਆ ਕੇ ਦੇ ਮੈਂ ਇੱਥੋਂ ਹੈਂ ਬੈਠੀ ਆ ਟੇਕ ਕੇ ਸ਼ਕਲ ਹੈਗੀ ਤੇਰੀ ਬਰਨਾਲੇ ਜਾਣ ਵਾਲੀ ਜਿਹੋ ਜਿਹੇ ਮਿਲਦੇ ਨਾ ਚੁੱਪ ਕਰਕੇ ਪਾ ਲਿਆ ਕਰ ਚੁੱਪ ਕਰਕੇ ਕੰਮ ਕਰ ਲਾ ਤੂੰ ਚੱਲ ਮੈਂ ਤੈਨੂੰ ਲੈ ਜੂੰਗੀ ਆਪਾਂ ਦੋਨੇ ਵਗ ਜਾਂਗੀ ਆ ਠੀਕ ਆ ਮੇਨ ਮੇਨ ਘਰਾਂ ਚ ਕਹਿ ਕੇ ਆ ਜਾਂਗੀ ਆ ਸ਼ਹਿਰ ਸ਼ੂਰ ਨੀ ਮੈਥੋਂ ਜਾਇਆ ਜਾਂਦਾ ਜਿਹਦੀ ਤਰਫ ਫੜਾ ਉਹਦੇ ਲੈ ਕੇ ਜਾਊਂਗੀ ਠੀਕ ਆ ਇੱਥੇ ਸੇਲ ਲੱਗੂਗੀ ਉੱਥੋਂ ਲਿਆ ਦੂ ਤੈਨੂੰ ਸੂਟ ਤੂੰ ਤਾਂ ਇੱਧਰ ਤਾਂ ਮਾਰ ਤੂੰ ਪਾਸੇ ਸਜਾ ਪਤਾ ਨਹੀਂ ਬੇਵਾ ਕਿਹਨੂੰ ਲਾਲ ਗਲਾਲ ਪਾ ਪਾ ਦਿਖਾਉਂਦੀ ਹੈਗੀ ਹੈ ਮੈਂ ਕਦੇ 35 ਸਾਲ ਹੋ ਗਏ ਮੈਨੂੰ ਇੱਥੇ ਵਿਆਹ ਕੇ ਆਈ ਨੂੰ ਮੈਂ ਕਦੇ ਲਾਲ ਰੰਗ ਦਾ ਕੱਪੜਾ ਨਹੀਂ ਪਾ ਕੇ ਦੇਖਿਆ ਮੈਂ ਤਾਂ ਲਾਲ ਰੰਗ ਉਹ ਹੀ ਅੱਖਾਂ 'ਚ ਰੜਕਦਾ ਸਾਡੀ ਗਲੀ ਦੀ ਜਾਤ ਨੀ ਪੁੱਛੀ ਆ ਹੁਣ ਵੋਟਾਂ ਆ ਗਈਆਂ ਆ ਹੁਣ ਬੀਹੀਆਂ ਪਟ ਪਟ ਸਿੱਟਦੀਆਂ ਸਾਰੀਆਂ ਪੱਕੀਆਂ ਕਰਾਂਗੀਆਂ ਮਿੱਟੀ ਘੱਟਾ ਤਾਂ ਉੱਡ ਉੱਡ ਫਿਰ ਚ ਪੈਂਦਾ ਨੀ ਉਹ ਤਾਂ ਠੀਕ ਹੈ ਤੁਹਾਡਾ ਵੀ ਰੌਲਾ ਸੁਣੀ ਜਾਂਦਾ ਸੀ ਬਰੋਬਰ ਹੀ ਸਾਡਾ ਤਾਂ ਰੌਲਾ ਸੁਣਨਾ ਹੀ ਸਾਡਾ ਜਿਹੜਾ ਕੰਜਰ ਕੀਤਾ ਪਿਆ ਹੋਇਆ ਗਾ ਕੀ ਹੋ ਗਿਆ ਮੱਗਰ ਆਇਆ ਸੀ ਪਰਸੋਂ ਫੋੜ ਦੁਨੇ ਵਾਲਾ ਹਾਂ ਤੇਰਾ ਮਾਸੜ ਅੱਛਾ ਉਹ ਉੱਠਿਆ ਗਾ ਵੋਟਾਂ 'ਚ ਲੈ ਹਾਂ ਕਹਿੰਦਾ ਵੀ ਭਾਈ ਉੱਥੇ ਆਇਓ ਤੁਸੀਂ ਸਾਡੀ ਸਪੋਰਟ ਕਰਾ ਕੇ ਜਾਇਓ ਵੀ ਜਿਹੜੇ ਤੁਹਾਡੀ ਜਾਣ ਪਛਾਣ ਦੇ ਲੋਕ ਨੇ ਉਹਨਾਂ ਨੂੰ ਕਹੋ ਵੀ ਵੋਟਾਂ ਪਾਉਣ ਲੈ ਵਧੀਆ ਗੱਲ ਹੈ ਫਿਰ ਤਾਂ ਆਹ ਕੰਜਰੀਆਂ ਕਹਿੰਦੀਆਂ ਅਸੀਂ ਵੀ ਨਾਲ ਜਾਵਾਂਗੀਆਂ ਜਾਊਂਗੇ ਭੂਆ ਫਿਰ ਮੈਂ ਤਾਂ ਤੂੰ ਕਿਵੇਂ ਕੰਮ ਆਈ ਸੀ ਮੈਨੂੰ ਇਹ ਦੱਸ ਹੁਣ ਮੈਂ ਤਾਂ ਇਹਦੇ ਕੋਲ ਕਾਟ ਕੋਲੇ ਆਈ ਸੀ ਪਿੰਡ ਝੱਟ ਮੈਂ ਕਿਹਾ ਮੈਂ ਗੱਲਾਂ ਗੁੱਲਾਂ ਕਰ ਆਉਂਗੀ ਬੈਠ ਕੋਲੇ ਅੱਛਾ ਉਹ ਕਾਟ ਤੈਨੂੰ ਪਤਾ ਕਾਲੋ ਸਾਰਾ ਦਿਨ ਦੂਤੀਆਂ ਲਾਉਣ ਨੂੰ ਹੋਰ ਕੀ ਆਹ ਘੋੜੀ ਕਹਿੰਦੀ ਮੈਂ ਵੀ ਨਾਲ ਜਾਊਂਗੀ ਲਾ ਵੀ ਤੈਨੂੰ ਦੱਸ ਉੱਥੇ ਕੀ ਕਰਨਾ ਗਾ ਕਿਉਂ ਮੈਂ ਨਾ ਜਾਵਾਂ ਮੇਰਾ ਵੀ ਕੋੜ ਮਕਰੀਲਾ ਉੱਥੇ ਤੇਰਾ ਕੋੜ ਮੈਂ ਦੱਸ ਕੱਲ ਭਤੀਜੀ ਦਾ ਮੈਂ ਵਿਆਹੀ ਆ ਕੀ ਉੱਥੇ ਆਪੀ ਬੜਾ ਕੁਛ ਲੱਗਦੀ ਨਹੀਂ ਰਿਸ਼ਤੇਦਾਰ ਦੇ ਵਿੱਚ ਕਬਰ ਮੇਰੀ ਗੱਲ ਸੁਣ ਬੁੜਕੀ ਜਾਣੀ ਬਣਾ ਗੱਲ ਤੋਂ ਰਿਸ਼ਤੇਦਾਰੀ ਆ ਗਈ ਤੇਰੇ ਹੱਕ ਦੀ ਗੱਲ ਕਰੀ ਆ ਗਈ ਘੋੜੀ ਦੇਖ ਕੇ ਮੈਂ
ਖਾਣ ਵਾਲੇ ਵਾਂਗ ਕੱਢਦੀ ਆ ਬੋਲੇ ਬੁੱਲੀ ਜੇ ਕਿਵੇਂ ਰਹਿੰਦੀ ਆ ਸਾਰਾ ਅੱਲੀ ਮੂਹੀ ਜੀ ਆ ਕੇ ਅੱਗੇ ਪਾਉਣਾ ਨਹੀਂ ਤੜਕੇ ਉੱਠ ਕੇ ਕੰਮ ਨਹੀਂ ਧੰਦਾ ਨਹੀਂ ਕੋਈ ਹਾਂ ਤੇ ਇੱਕ ਹੋਰ ਮੇਨ ਗੱਲ ਤਾਂ ਦੱਸਣਾ ਹੀ ਭੁੱਲ ਗਈ ਕੀ ਭੈਣੇ ਚੋਣ ਨਿਸ਼ਾਨ ਤਾਂ ਉਹਨਾਂ ਦੇ ਬਾਹਲੇ ਖਤਰਨਾਕ ਨੇ ਮੇਰੇ ਤਾਂ ਦੱਸਦੀ ਨੂੰ ਵੀ ਸੰਗ ਆਉਂਦੀ ਆ ਨਹੀਂ ਦੱਸ ਦੇ ਤੇਰੇ ਮਾਸੜ ਦਾ ਚੋਣ ਨਿਸ਼ਾਨ ਤਾਂ ਹੈਗਾ ਸੱਬਲ ਹੋਰ ਭੈਣੇ ਤੇ ਦੂਜਾ ਉਹਦੇ ਵਿਰੋਧ ਚ ਉੱਠਿਆ ਕਾਲਾ ਯੂਪੀ ਵਾਲਾ ਨਹੀਂ ਯੂਪੀ ਵਾਲਾ ਕਾਲਾ ਹੋਰ ਉਹਦਾ ਚੋਣ ਨਿਸ਼ਾਨ ਆ ਲੜਾ ਛਿੜਾ ਅੱਗੇ ਨਾ ਪਿੱਛੇ ਨਾ ਮੈਂ ਤਾਂ ਪਹਿਲੀ ਵਾਰ ਸੁਣੇ ਨੇ ਇਹ ਜੇ ਨਹੀਂ ਮੈਨੂੰ ਵੀ ਲੈ ਚੱਲੀ ਨਾਲ ਤੂੰ ਕੀ ਕਰੇਗੀ ਉੱਥੇ ਘਰੇ ਰਹਿ ਤੁਸੀਂ ਨਹੀਂ ਲੈ ਚੱਲੀ ਤੁਹਾਡੀ ਕਾਲੋ ਦਾ ਸੁਭਾਅ ਵੀ ਮਾੜਾ ਤੇਰੇ ਪਿਓ ਦਾ ਸੁਭਾਅ ਵੀ ਮਾੜਾ ਹੈ ਜੇ ਤੈਨੂੰ ਮੈਂ ਲੈ ਗਈ ਉੱਥੇ ਕਾਲੋ ਆਜੂ ਮੰਗ ਰਿਹੜਕ ਦੀ ਜਲੂਸ ਕੱਢੂਗੀ ਉੱਥੇ ਰਹਿਣ ਦੇ ਤੇ ਕੁੜੀਆਂ ਚੜੀਆਂ ਦਾ ਕੀ ਕੰਮ ਕੁੜੀਆਂ ਨੇ ਸੌ ਗੱਲਾਂ ਬਾਤਾਂ ਕਰਨੀਆਂ ਢਿੱਡ ਫਰੋਲਣਾ ਹੁੰਦਾ ਤੇ ਉਹ ਕੀ ਬੱਤੀਆਂ ਪੜਾ ਕੇ ਜਾਊਗਾ ਉਹ ਕੱਲ ਦੀ ਜਵਾਕ ਨੀ ਮੇਰੀ ਭਤੀਜੀ ਵਾਗ ਜਾ ਪਰੇ ਉੱਥੇ ਕੱਪੜੇ ਧੋਲਾ ਜਾ ਕੇ ਉਹਦੇ ਪਤਾ ਲੱਗੂ ਜਦੋਂ ਕਾਰਡ ਨੂੰ ਭਜਾਤੀ ਨੇ ਉਂਗਲਾਂ ਲਾਲਾ ਬਈ ਲੈਣੇ ਤੇ ਫੇਰ ਭੱਜ ਜਾਊ ਇਹਦੇ ਨਾਲ ਤੂੰ ਤਾਂ ਭੱਜੀ ਨਾ ਹਲੇ ਤੱਕ ਲੰਡਰੇ ਤੂੰ ਤਾਂ ਭੱਜੀ ਨਾ ਹਲੇ ਤੱਕ ਹੈ ਮੇਰਾ ਬੰਦਾ ਖਾਣੀ ਮੈਂ ਬੰਦੇ ਕਰਦੀ ਫਿਰਦੀ ਆ ਬੰਦੇ ਹੀ ਕਰਦੀ ਆ ਕੀ ਜਾ ਵਾਗ ਜਾ ਆਪਣੇ ਪਿੰਡ ਕੋਲ ਦੁਨੇ ਦੇ ਵਿੱਚ ਯੂਪੀ ਵਾਲਾ ਕਾਲਾ ਜੋ ਮੈਂਬਰੀ ਦੇ ਵੋਟਾਂ ਦੇ ਵਿੱਚ ਖੜਾ ਹੋਇਆ ਉਸ ਦੇ ਵਿਰੁੱਧ ਮੱਗਰ ਮੱਖੀ ਪਾੜ ਖੜਾ ਹੋਇਆ ਜੋ ਜਿਹੜਾ ਕਾਲਾ ਹੈ ਉਹ ਬੜਾ ਪੜ੍ਹਿਆ ਲਿਖਿਆ ਇਨਸਾਨ ਹੈ ਬਹੁਤ ਵਧੀਆ ਕੰਮ ਕਰਾਊਗਾ ਪਿੰਡ ਦੇ ਪੂਰੀਆਂ ਫੁੱਲ ਪੈਨਸ਼ਨਾਂ ਲਵਾਵਾਂਗੇ ਪੂਰੇ ਫੁੱਲ ਪਿੰਡ ਦੇ ਵਿਕਾਸ ਕਰਾਂਗੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਪਵਾਵਾਂਗੇ ਕਾਲੇ ਬਾਈ ਨੂੰ ਵੋਟਾਂ ਪਾਉਣੀਆਂ ਨੇ ਮੱਗਰ ਮੱਖੀ ਪਾੜ ਨੂੰ ਵੋਟਾਂ ਨਹੀਂ ਪਾਉਣੀਆਂ ਜਿਹੜਾ ਕਾਲੇ ਦਾ ਚੋਣ ਨਿਸ਼ਾਨ ਆ ਲੰਡਾ ਚਿੜਾ ਗਾ ਲੰਡੇ ਕਿੜੇ ਤੇ ਮੋਹਰਾਂ ਲਾਉਣੀਆਂ ਨੇ ਵੱਧ ਤੋਂ ਵੱਧ ਮੱਗਰ ਮੱਖੀ ਪਾੜ ਨੂੰ ਵੋਟਾਂ ਨਹੀਂ ਪਾਉਣੀਆਂ ਕਾਲਾ ਆਪਣੇ ਦਰਮਿਆਨ ਪਹੁੰਚਿਆ ਹੋਇਆ ਬਾਈ ਕਾਲਾ ਜੀ ਆ ਕੇ ਮੈਂ ਤੇ ਗੱਲ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਬਾਈ ਪ੍ਰੇਮ ਨੂੰ ਬੇਨਤੀ ਕਰੂੰਗਾ ਕਿ ਆ ਮੈਕ ਥੋੜ੍ਹਾ ਜਿਹਾ ਉੱਚਾ ਕਰ ਦੇਣ ਬਸ ਬਾਈ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੰਡ ਦੇ ਵਿੱਚ ਇਸ ਟਾਈਮ ਵੋਟਾਂ ਦਾ ਮਾਹੌਲ ਚੱਲ ਰਿਹਾ ਗਾ ਅਤੇ ਫਿਰ ਮੈਂ ਵੀ ਸੋਚਿਆ ਕਿ ਕਿਉਂ ਨਾ ਮੈਂ ਵੀ ਇਹੋ ਜਿਹੇ ਮੌਕੇ 'ਤੇ ਪਿੰਡ ਦੇ ਲਈ ਆਪਣੀ ਸੇਵਾ ਦਾ ਕੁਝ ਨਾ ਕੁਝ ਯੋਗਦਾਨ ਪਾਵਾਂ ਸੋ ਦੋਸਤੋ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦਿਆਂ ਕਿ ਵਾਰਡ ਨੰਬਰ 7 ਦੇ ਵਿੱਚੋਂ ਇਸ ਵਾਰ ਮੈਂ ਮੈਂਬਰੀ ਦੀਆਂ ਵੋਟਾਂ ਵਿੱਚੋਂ ਖੜ੍ਹਾ ਹੋ ਰਿਹਾ ਗਾ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਮੈਨੂੰ ਸਾਰੇ ਵੋਟਾਂ ਪਾਓਗੇ ਅਤੇ ਮੈਨੂੰ ਕਾਮਯਾਬ ਬਣਾਓਗੇ ਇੱਥੇ ਦੋਸਤੋ ਤੁਹਾਨੂੰ ਮੈਂ ਦੱਸਦਿਆਂ ਕਿ ਹਰ ਬੰਦੇ ਦੀ ਇੱਕ ਵਿਰੋਧੀ ਪਾਰਟੀ ਵੀ ਜ਼ਰੂਰ ਹੁੰਦੀ ਹੈ ਕੁਝ ਲੋਕਾਂ ਦਾ ਇਹ ਕਹਿਣਾ ਕਿ ਇਹ ਮੁੰਡਾ ਯੂਪੀ ਤੋਂ ਆਇਆ ਗਾ ਇਹਨੂੰ ਭਲਾ ਪਿੰਡ ਬਾਰੇ ਕੀ ਪਤਾ ਹੋਊਗਾ ਪਰ ਦੋਸਤੋ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਬੇਸ਼ੱਕ ਮੈਂ ਕਿਸੇ ਮਜਬੂਰੀ ਕਾਰਨ ਯੂਪੀ ਰਹਿੰਦਾ ਸੀ ਪਰ ਮੇਰਾ ਦਿਲ ਮੇਰੀ ਧੜਕਣ ਹਮੇਸ਼ਾ ਇਸ ਪਿੰਡ ਦੇ ਲਈ ਧੜਕਦੀ ਸੀ ਮੈਂ ਇਸ ਪਿੰਡ ਦੇ ਦੁੱਖ ਦਰਦ ਤੋਂ ਇਸ ਪਿੰਡ ਦੀਆਂ ਤਕਲੀਫਾਂ ਤੋਂ ਚੰਗੀ ਤਰ੍ਹਾਂ ਵਾਕਿਫ ਹਾਂ ਮੈਂ ਇਸ ਪਿੰਡ ਦੇ ਲਈ ਬਹੁਤ ਹੀ ਜ਼ਿਆਦਾ ਦਰਦ ਰੱਖਦਾ ਹਾਂ ਅਤੇ ਦੋਸਤੋ ਇਸ ਪਿੰਡ ਦੀ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਇਹ ਹੈ ਕਿ ਇਸ ਪਿੰਡ ਦੇ ਜਿਹੜੇ ਬਜ਼ੁਰਗ ਨੇ
ਉਹ 70-70 75-75 ਸਾਲ ਦੇ ਹੋ ਚੁੱਕੇ ਨੇ ਪਰ ਫਿਰ ਵੀ ਹਲੇ ਤੱਕ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਬੱਝੀਆਂ ਗਈਆਂ। ਮੈਂ ਤੁਹਾਡੇ ਨਾਲ ਦੋਸਤੋ ਵਾਅਦਾ ਕਰਦਾ ਹਾਂ ਕਿ ਜੇਕਰ ਤੁਸੀਂ ਮੈਨੂੰ ਮੈਂਬਰ ਬਣਾਓਗੇ ਤਾਂ ਮੇਰੇ ਵਾਰਡ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਕੋਲੇ ਮੈਂ ਅਪੀਲ ਕਰੂੰਗਾ ਕਿ ਬਈ ਆਪਾਂ ਆਪਣੇ ਪਿੰਡ ਦੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਬਜਵਾਈਏ। ਅਤੇ ਦੂਜੀ ਗੱਲ ਦੋਸਤੋ ਇਹ ਦੇਖਣ ਨੂੰ ਮਿਲੀ ਹੈ ਕਿ ਜਿਹੜਾ ਵਾਰਡ ਨੰਬਰ 7 ਹੈ ਇਸ ਵਾਰਡ ਦੀਆਂ ਗਲੀਆਂ ਇੱਥੋਂ ਦੀਆਂ ਨਾਲੀਆਂ ਇਹਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਬੰਦਾ ਮੈਂ ਕਹਿੰਦਾ ਮੂਤ ਕਰ ਦੇ ਤਾਂ ਵੀ ਚਿੱਕੜ ਹੋ ਜਾਂਦਾ ਗਾ। ਮੇਰਾ ਤੁਹਾਡੇ ਨਾਲ ਇਹ ਵੀ ਵਾਅਦਾ ਰਹੂਗਾ ਜੇਕਰ ਤੁਸੀਂ ਮੈਨੂੰ ਵੋਟਾਂ 'ਚ ਜਿਤਾਉਂਦੇ ਹੋ ਤਾਂ ਮੈਂ ਇਸ ਪਿੰਡ ਦੀ ਆਪਣੇ ਵਾਰਡ ਦੀ ਇਕੱਲੀ ਇਕੱਲੀ ਗਲੀ ਇਕੱਲੀ ਇਕੱਲੀ ਨਾਲੀ ਪੱਕੀ ਕਰਵਾ ਦੂੰਗਾ। ਅਤੇ ਦੋਸਤੋ ਇੱਕ ਮੱਗਰ ਬੱਖੀ ਪਾੜ ਹੈ ਜੋ ਕਿ ਮੇਰੇ ਵਿਰੁੱਧ ਖੜਾ ਹੋਇਆ ਗਾ ਮੈਂਬਰੀ ਦੀਆਂ ਵੋਟਾਂ ਦੇ ਵਿੱਚ। ਹੁਣ ਤੁਸੀਂ ਦੋਸਤੋ ਇਹ ਦੇਖ ਲਓ ਕਿ ਉਸ ਬੰਦੇ ਦਾ ਕਿਰਦਾਰ ਕਿਹੋ ਜਿਹਾ ਗਾ, ਕਿਹੋ ਜਿਹੀ ਕਰਤੂਤ ਦਾ ਉਹ ਬੰਦਾ ਮਾਲਕ ਹੈ। ਜੇ ਦੋਸਤੋ ਤੁਸੀਂ ਉਸ 'ਤੇ ਭਰੋਸਾ ਕਰੋਗੇ ਤਾਂ ਸਾਰੀ ਉਮਰ ਪਛਤਾਓਗੇ। ਹੁਣ ਤੁਸੀਂ ਇਹ ਦੇਖੋ ਕਿ ਪਹਿਲੀ ਗੱਲ ਤਾਂ ਉਹਨੂੰ ਚੱਜ ਨਾਲ ਸੁਣਦਾ ਨਹੀਂ, ਉਹਨੂੰ ਚੱਜ ਨਾਲ ਦਿਸਦਾ ਨਹੀਂ, ਉਹ ਤੋਂ ਚੱਜ ਨਾਲ ਤੁਰਿਆ ਨਹੀਂ ਜਾਂਦਾ। ਜੇਕਰ ਤੁਸੀਂ ਇਹੋ ਜਿਹੇ ਬੰਦੇ ਨੂੰ ਜਿਤਾਓਗੇ ਤਾਂ ਫਿਰ ਕੀ ਕੱਢੋਗੇ ਇਹੋ ਜਿਹੇ ਬੰਦੇ 'ਚੋਂ? ਜੇ ਇੱਕ ਮੌਕੇ ਤੁਹਾਨੂੰ ਰਾਤ ਨੂੰ ਕੋਈ ਲੋੜ ਪੈਂਦੀ ਆ ਤਾਂ ਕੋਈ ਇਹ ਨਹੀਂ ਹੈ ਕਿ ਉਹ ਬੰਦਾ ਛਾਲ ਮਾਰ ਕੇ ਉੱਠ ਕੇ ਤੁਹਾਡੇ ਕੋਲ ਆ ਜੂਗਾ। ਪਰ ਜੇਕਰ ਤੁਸੀਂ ਮੇਰੇ 'ਤੇ ਭਰੋਸਾ ਕਰੋਗੇ, ਮੈਨੂੰ ਤੁਸੀਂ ਅੱਧੀ ਰਾਤ ਨੂੰ ਵੀ ਬੋਲ ਮਾਰੋਗੇ ਤਾਂ ਮੈਂ ਤੁਹਾਡੇ ਕੋਲ ਭੱਜਿਆ ਭੱਜਿਆ ਆਊਂਗਾ। ਇਸ ਕਰਕੇ ਦੋਸਤੋ ਮੇਰੀ ਤਾਂ ਹੱਥ ਬੰਨ ਕੇ ਤੁਹਾਡੇ ਅੱਗੇ ਇਹੀ ਅਪੀਲ ਹੈ ਕਿ ਮੈਨੂੰ ਵੋਟਾਂ ਪਾਓ ਅਤੇ ਮੈਨੂੰ ਸਫਲ ਬਣਾਓ। ਧੰਨਵਾਦ ਜੀ। ਅਤੇ ਹੁਣ ਬਾਈ ਪਿਰਤੇ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਵੀ ਆਪਣੇ 2-4 ਸ਼ਬਦ ਆ ਕੇ ਕਹਿਣ। ਕਾਲਾ ਯੂਪੀ ਵਾਲਾ, ਕਾਲਾ ਯੂਪੀ ਵਾਲਾ, ਕਾਲਾ ਯੂਪੀ ਵਾਲਾ, ਤੁਸੀਂ ਨੇ ਸਾਰਿਆਂ ਨੇ ਇਹਦੀਆਂ ਗੱਲਾਂ ਸੁਣੀ ਲੈਤੀਆਂ। ਬਹੁਤ ਵਧੀਆ ਮੁੰਡਾ ਗਾ, ਪੜ੍ਹਿਆ ਲਿਖਿਆ ਮੁੰਡਾ ਗਾ, ਇਹਨੂੰ ਵੋਟਾਂ ਪਾ ਕੇ ਇਹਨੂੰ ਜਿਤਾ ਕੇ ਮੈਂਬਰੀ ਦੀਆਂ ਵੋਟਾਂ 'ਚ ਜਿਤਾਉਣਾ ਗਾ ਇਹਨੂੰ, ਅਤੇ ਇਹਨੂੰ ਵੋਟਾਂ ਪਾਉਣੀਆਂ ਵੀ ਨੇ ਅਤੇ ਪਵਾਉਣੀਆਂ ਵੀ ਨੇ। ਆਪਦੇ ਘਰ ਜਾ ਕੇ ਇਹੀ ਕਹਿਣਾ ਵੀ ਉਹਨੂੰ ਵੋਟਾਂ ਪਾਉਣੀਆਂ ਯੂਪੀ ਵਾਲੇ ਕਾਲੇ ਨੂੰ, ਠੀਕ ਆ ਨਾ? ਪੂਰੇ ਵਧੀਆ ਪਿੰਡ ਦੇ ਸਾਰੇ ਕੰਮ ਹੋਣਗੇ। ਤੁਹਾਡਾ ਧੰਨਵਾਦ, ਜਿਹੜੇ ਤੁਸੀਂ ਇਹਦੇ ਵਿਚਾਰ ਸੁਣੇ ਨੇ, ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਹੁਣ ਆ ਕੇ ਇਕੱਲਾ ਇਕੱਲਾ ਕੇ ਹਾਰ ਪਾ ਸਕਦਾ ਗਾ। ਕਾਲਾ ਯੂਪੀ ਵਾਲਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ, ਜੋ ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ। ਹੁਣ ਅਸੀਂ ਹੋਰ ਵੀ ਕਈ ਥਾਵਾਂ 'ਤੇ ਜਾ ਕੇ ਆਪਣੀ ਗੱਲਬਾਤ ਸਾਂਝੀ ਕਰਨੀ ਆ, ਅਤੇ ਹੁਣ ਸਾਨੂੰ ਆਗਿਆ ਦਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜਿੱਦੇ ਆਪਾਂ ਤਿੰਨੇ ਨੀ ਆਉਂਦੀਆਂ ਸੀ ਡੋਬੇ ਕੰਨੀ ਨੂੰ, ਓਦੇ ਜਿਹੜੇ ਆਪਾਂ ਨੂੰ ਰਸਤੇ 'ਚ ਅਮਲੀ ਮਿਲੇ ਸੀਗੇ ਉਹ ਤੈਨੂੰ ਘੇਰਦੇ ਸੀਗੇ, ਉਹਨਾਂ ਕੀ ਗੱਲਬਾਤ ਆ? ਨਹੀਂ ਕੁਛ ਨਹੀਂ, ਉਹਨਾਂ ਨਾਲ ਮੇਰੀ ਕੀ ਗੱਲਬਾਤ ਹੈ? ਐਵੇਂ ਨਾ ਤੂੰ ਸਵਾਲ ਜਿਹਾ ਕਰੀ ਜਾ। ਹੈਗੀ ਆ ਕੋਈ ਗੱਲਬਾਤ? ਨਹੀਂ ਨਹੀਂ ਹੈਗੀ। ਲੈ ਅੜੀ ਤੂੰ ਦੱਸ ਦੇ ਮੈਨੂੰ। ਲੈ ਸੌਂ ਲੱਗੇ ਬਸ, ਨਹੀਂ ਹੈਗੀ। ਮੈਨੂੰ ਦੱਸਿਆ ਲੋਕਾਂ ਨੇ। ਕਿਹਨੇ ਦੱਸਿਆ ਤੈਨੂੰ? ਹੈਗੀ ਆ ਕੋਈ ਗੱਲਬਾਤ ਤਾਂ ਦੱਸ ਦੇ ਮੈਨੂੰ। ਨਹੀਂ ਨਹੀਂ ਹੈਗੀ ਭੈਣੇ, ਕਿਉਂ ਐਵੇਂ ਤੂੰ ਉਹ ਕਰੀ ਜਾਂਦੀ ਹੈਗੀ ਉਹੀ? ਨਾਲੇ ਮੈਂ ਸੁਣਿਆ ਤੇਰੀ ਅਮਲੀ ਨਾਲ ਗੱਲਬਾਤ ਆ। ਨਹੀਂ ਭੈਣੇ ਇੰਨੇ ਖੇੜੇ ਪੈ ਰਹੀਆਂ ਨਹੀਂ ਹੈਗੀ ਸੀ, ਨਹੀਂ ਰੀਠੇ ਨਾਲ ਸੀ ਮੇਰੀ ਗੱਲ। ਤੇ ਫਿਰ ਹੁਣ ਕਿਵੇਂ ਸੱਚ ਬਾਹਰ ਆ ਗਿਆ? ਲੈ ਫਿਰ ਤੂੰ ਹਟੀ ਨਹੀਂ, ਹੁਣ ਖੇੜੇ ਪੈ ਗਏ ਜਦੋਂ। ਨਹੀਂ ਕਿਹੜੇ ਨਾਲ ਸੀ?
ਨੀ ਰੀਠੇ ਨਾਲ ਓਹੇ ਹਾਏ ਨੀ ਇੰਨਾ ਇੰਨਾ ਜਰਦਾ ਲਾਉਂਦਾ ਸੀ ਉਹ ਨੀ ਨਹੀਂ ਲਾਉਂਦਾ ਜਰਦਾ ਤਾਂ ਇਹਨੂੰ ਕਿਹਨੇ ਕਿਹਾ ਹੈਗਾ ਮੈਨੂੰ ਪਤਾ ਤੂੰ ਵੀ ਲਾਉਣ ਲੱਗ ਜਾਂਦੇ ਤੇ ਨਾਲ ਰਹਿ ਕੇ ਤਾਂ ਨਹੀਂ ਨਹੀਂ ਲਾਉਂਦਾ ਮੈਂ ਕਿਸ ਕੀਤੀ ਸੀ ਉਹਦੇ ਨਾਲ ਨਹੀਂ ਲਾਉਂਦਾ ਬੇਵਾ ਸੱਚੀ ਹਾਂ ਕਿਵੇਂ ਕੀਤੀ ਸੀ ਲੈ ਕਹਿੰਦੇ ਕਿਵੇਂ ਕੀਤੀ ਸੀ ਮੈਂ ਤੈਨੂੰ ਕਰਕੇ ਨਾ ਦਿਖਾ ਦਿਆਂ ਇੱਥੇ ਕਿਤੇ ਦੱਸ ਦੇ ਬਸ ਨਹੀਂ ਮੈਂ ਤਾਂ ਜਾਣੀ ਤੂੰ ਤਾਂ ਹੋਰ ਹੀ ਗੱਲਾਂ ਕਰਨ ਬਹਿ ਜਾ ਬਹਿ ਜਾ ਨਾਲੇ ਹੋਰ ਨਹੀਂ ਹੁਣ ਦੇਖਦੇ ਨਹੀਂ ਉਹ ਕਿੱਧਰ ਭਾਗ ਹੋ ਗਿਆ ਨਹੀਂ ਦੇਸੋ ਕੀ ਭੈਣੇ ਪੁਲਿਸ ਲੈ ਗਈ ਚੱਕ ਕੇ ਹੋਈ ਚੋਰੀ ਦਾ ਨਾਮ ਲਾਤਾ ਉਹਦੇ ਸਿਰ ਅੱਛਾ ਨਹੀਂ ਇੱਕ ਗੱਲ ਹੋਰ ਦੱਸ ਮੈਨੂੰ ਹਾਂ ਨਾਲੇ ਜਿੱਦੇ ਆਪਾਂ ਉੱਥੇ ਨਹੀਂ ਖੜੀਆਂ ਸੀ ਹਾਂ ਪੈਸੇ ਦੀ ਕੀ ਗੱਲ ਵਾਸਤੇ ਨਹੀਂ ਪੈਸੇ ਦੀ ਗੱਲ ਤਾਂ ਭੈਣੇ ਆਏ ਸੀ ਹੀਰੇ ਨੇ ਮੈਥੋਂ ਲਿੱਤੀ ਸੀ 2000 ਰੁਪਇਆ ਕਹਿੰਦਾ ਜ਼ਮਾਨਤ ਕਰਾ ਲਿਆਉਣਾ ਮੈਂ ਉਹਦੀ ਤੇ ਭੈਣੇ ਅੱਜ ਲਿਆਉਂਦਾ ਉਹਦੀ ਜ਼ਮਾਨਤ ਕਰਾ ਕੇ ਹੋਰ ਆਏ ਨਹੀਂ ਮੁੜ ਕੇ ਨਾ ਮੇਰੇ ਪੈਸੇ ਆਏ ਨਾ ਰੀਠਾ ਆਇਆ ਨਹੀਂ ਇਹਨਾਂ 'ਤੇ ਕਿਉਂ ਯਕੀਨ ਕਰਦੀ ਹੁੰਦੀ ਆ ਨਹੀਂ ਭੈਣੇ ਕੀ ਦੱਸਾਂ ਤੈਨੂੰ ਬਸ ਮੈਂ ਫਸ ਗਈ ਉਹਨੇ ਮੇਰੇ ਪੈਸੇ ਲੈ ਲਏ ਹੋਰ ਗੱਲਬਾਤ ਦੱਸ ਦੇ ਅਮਲੀ ਬਾਰੇ ਨਹੀਂ ਬਸ ਨਹੀਂ ਕੁਛ ਮੇਰੇ ਤਾਂ ਪਿਓ ਆਉਣ ਵਾਲਾ ਭੈਣੇ ਤੂੰ ਸਵਾਦ ਲੈਣੀਆਂ ਗੱਲਾਂ ਦੱਸ ਦੇ ਨਾ ਮੈਂ ਨਹੀਂ ਦੱਸਦੀ ਗੀ ਬਸ ਚੱਲ ਫਿਰ ਕਦੇ ਦੱਸ ਕੇ ਜਾਏ ਤੇਰੀ ਮਾਸੀ ਨੂੰ ਦੱਸੋ ਹਾਂ ਕਰਦੀ ਗੱਲਾਂ ਨਹੀਂ ਦੱਸ ਦੋਸ ਨਾ ਦਈ ਨਹੀਂ ਲੈ ਮੈਂ ਵੀ ਕਰਾਂ ਕੰਮ ਕਾਰ ਧਨ ਹੋਈ ਪਈ ਦੇਖ ਲਾ ਮੱਗਰਾ ਕੱਠ ਦੇਖ ਲਾ ਆਹ ਹੁੰਦਾ ਨਗਰ ਦਾ ਕੰਮ ਹੈ ਨਗਰ ਦਾ ਭਾਈ ਨਗਰ ਦਾ ਹੀ ਹੁੰਦਾ ਗਾ ਬਗਾਨੇ ਪਿੰਡ ਦਾ ਬਗਾਨੇ ਹੀ ਹੁੰਦਾ ਗਾ ਇੱਥੋਂ ਪਤਾ ਲੱਗਦਾ ਗਾ ਹੈ ਜੇ ਮੈਂ ਕਿਹਾ ਭਾਈ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਮੈਂਬਰੀ ਦੀਆਂ ਵੋਟਾਂ ਆ ਗਈਆਂ 7 ਨੰਬਰ ਵਾਰਡ ਦੇ ਵਿੱਚੋਂ ਮੱਗਰ ਖੜਾ ਹੋਇਆ ਗਾ ਅਤੇ 2-3 ਹੋਰ ਵੀ ਹੋਏ ਨੇ ਲੰਡੂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਗਾ ਮੱਗਰ ਦਾ ਚੋਣ ਨਿਸ਼ਾਨ ਆ ਭਾਈ ਸੱਬਲ ਹੈ ਕਹਿੰਦੇ ਕਾਲਾ ਵੀ ਆ ਕੇ ਗਿਆ ਗਾ ਉਹਦੇ ਵਾਅਦੇ ਕਰਕੇ ਆ ਕੇ ਨਾਲੀਆਂ ਨਹੀਂ ਹੈਗੀਆਂ ਆ ਕੇ ਬੀਆਂ ਨਹੀਂ ਹੈਗੀਆਂ ਇਹੋ ਜਿਹੇ ਲੰਡੂ ਬਾਅਦ ਤਾਂ ਹਰੇਕ ਹੀ ਕਰਦਾ ਆਇਆ ਗਾ ਹੈ ਕਦੋਂ ਦੇ ਸੁਣਦੇ ਆ ਰਹੇ ਨਾਲੀਆਂ ਬਣਾ ਦਾਂਗੇ ਬੀਆਂ ਬਣਾ ਦਾਂਗੇ ਗੱਲ ਸੁਣ ਲਓ ਭਾਈ ਇਹ ਗੱਲਾਂ ਹੋਈਆਂ ਬੀਤੀਆਂ ਅਸੀਂ ਤਾਂ ਉਹ ਵਾਅਦੇ ਕਰਾਂਗੇ ਜਿਹੜੇ ਤੁਹਾਡੇ ਨਾਲ ਕਿਸੇ ਨੇ ਨਹੀਂ ਕਰੇ ਹੈਗੇ ਤੁਹਾਨੂੰ ਮੈਂ ਦੱਸਾਂ ਗੱਲ ਅਸੀਂ ਵਾਅਦੇ ਕਰਾਂਗੇ ਜਿਨ੍ਹਾਂ ਦੀ ਰੋਟੀ ਨਹੀਂ ਪੱਕਦੀ ਬੰਦੇ ਸੜੇ ਨੇ ਉਹਨਾਂ ਦੀ ਰੋਟੀ ਪੱਕਣ ਲਾਵਾਂਗੇ ਤਾੜੀ ਮਾਰ ਦਿਓ ਅਤੇ ਜਿਹੜੇ ਅਮਲੀ ਨੇ ਕੋਈ ਉਹਨਾਂ ਦਾ ਖਿਆਲ ਨਹੀਂ ਕਰਦਾ ਕੋਈ ਉਹਨਾਂ ਕਿ ਝਾਕਦਾ ਨਹੀਂ ਹੈਗਾ ਜੇ ਡੋਡਿਆਂ ਦੀ ਖੇਤੀ ਨਾ ਹੋਣ ਲਈ ਤਾਂ ਮੱਗਰ ਰੱਖਿਆ ਤੁਹਾਨੂੰ ਮੈਂ ਦੱਸਾਂ ਗੱਲ ਚੱਕ ਲਓ ਤਾੜੀ ਦੇਖ ਲਓ ਮੱਗਰਾ ਵੱਟਕੀ ਹੈ ਜਿੱਤ ਆਪਣੀ ਤੇ ਹੁਣ ਭਾਈ ਮੱਗਰ ਦੇ ਸੁਣੋ ਵਿਚਾਰ ਮੱਗਰ ਆ ਰਿਹਾ ਆ ਜਾ ਮੱਗਰਾ ਆ ਜਾ ਆ ਜਾ ਆ ਜਾ ਹਾਂ ਹਾਂ ਕਹਿੰਦਾ ਤੁਰਦਾ ਤੁਰਨ ਨਹੀਂ ਆਉਂਦਾ ਕਹਿੰਦਾ ਮੱਗਰ ਨੂੰ ਮੱਗਰ ਤਾਂ ਭਾਵੇਂ ਹੁਣ ਕਬਾਡੀ ਪਵਾ ਲੇ ਹਾਂ ਸਤਿ ਸ੍ਰੀ ਅਕਾਲ ਭਾਈ ਆਪਣਾ ਚੋਣ ਨਿਸ਼ਾਨ ਆ ਸੱਬਲ ਤੇ ਆ ਪ੍ਰੇਮ ਮਾੜਾ ਜਿਹਾ ਉੱਚਾ ਕਰੀ ਜਾ ਰਹਾ ਹਾਂ ਕੱਢ ਦੇ ਪ੍ਰੇਮ ਲੈ ਮੱਗਰ ਮੈਨੂੰ ਫੜਾ ਦੇ ਲੈ ਲੈ ਹੈਲੋ ਹੈਲੋ ਭਾਈ ਗੱਲ ਸੁਣ ਲਓ 7 ਨੰਬਰ ਵਾਰਡ 'ਚ ਮੈਂ ਖੜਾ ਹੋਇਆ ਸਾਰਿਆਂ ਨੇ ਵੋਟਾਂ ਪਾਉਣੀਆਂ ਨੇ ਪਾਉਂਗੇ ਹਾਂ ਕਾਲਾ ਕਹਿੰਦਾ ਉਹ ਬੁੜਾ ਜਾਗਾ ਕਹਿੰਦਾ ਉਹਨੂੰ ਵੋਟਾਂ ਨਾ ਪਾਏ ਉਹਨੂੰ ਤੁਰਨਾ ਨਹੀਂ ਆਉਂਦਾ ਦੱਸੋ ਮੈਨੂੰ ਤੁਰਨਾ ਨਹੀਂ ਆਉਂਦਾ ਹਾਂ ਉਹ ਭਾਈ ਬਾਹਰੋਂ ਆਇਆ ਯੂਪੀ ਤੋਂ ਮੈਂ ਪਿੰਡ ਦਾ ਪੁਰਾਣਾ ਬੰਦਾ ਮੈਂ ਇੱਥੇ ਜੰਮਿਆ ਪਲਿਆ ਮੈਨੂੰ ਵੋਟਾਂ ਪਾਇਓ ਉਹ 3 ਸਾਲਾਂ 'ਚ ਆ ਕੇ ਕਹਿੰਦਾ ਮੈਂ ਪਿੰਡ ਦਾ ਪ੍ਰਧਾਨ ਬਣਨਾ ਕੋਟ ਦੁਨੇ ਦਾ ਦੱਸ ਸਾਰੇ ਜਾਣੇ ਵੋਟਾਂ ਪਾਇਓ ਉਹਨੂੰ ਤਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਸਹਿਣ ਕਿੱਥੋਂ ਕਰੂੰਗਾ ਮੈਂ ਸਾਰੇ ਪਿੰਡ ਦੇ ਛੜਿਆਂ ਦੇ ਵਿਆਹ ਵੀ ਕਰਾਊਂਗਾ ਤੇ ਭੁੱਕੀ ਵੀ ਆਮ ਕਰ ਦੂੰਗਾ ਤੁਹਾਨੂੰ ਸਾਰੇ ਜਾਣੇ ਵੋਟਾਂ ਪਾਇਓ ਮੈਨੂੰ ਮਗਰਾ ਤੇਰੀ ਸੋਚ ਦੇ ਮਗਰ ਦੀ ਬੱਲੇ ਬੱਲੇ ਨਾਲੇ ਸਾਰੇ ਬੁੜਿਆਂ ਦੀ ਪੈਨਸ਼ਨਾਂ ਲਵਾਵਾਂਗੇ ਆਪਾਂ ਜਿਨ੍ਹਾਂ ਦੀ ਪੈਨਸ਼ਨ ਨਹੀਂ ਲੱਗੀ ਆਟਾ ਚੌਲ ਸਾਰਾ ਦੁਬਾਰੇ ਚਾਲੂ ਕਰਾਵਾਂਗੇ ਆਪਾਂ ਜੇ ਸਰਕਾਰ ਨੇ ਪੈਨਸ਼ਨ ਨਾ ਲਵਾਈ ਤਾਂ ਮੱਗਰ ਆਪਦੇ ਘਰੋਂ ਦਊਗਾ ਤੁਹਾਨੂੰ ਮੈਂ ਦੱਸਿਆ ਸੁਣਨਾ ਬਾਦਾਗਾ ਹਾਂ ਤੇ 5-6 ਕਿੱਲੇ ਆਪਾਂ ਮੱਕੀ ਦੇ ਕੱਖਾਂ ਦੇ ਬੀਜ ਦਾ ਕਿ ਜਿੰਨੇ ਮਰਜ਼ੀ ਕੱਖ ਲਿਆਈ ਚੱਲੋ ਆਪਣੇ ਕੋਲੇ ਕਿਹੜਾ ਘੱਟ ਹੈ ਕਾਲੇ ਨੂੰ ਨਾ ਜਿੱਤਣ ਦਿਓ ਉਹ ਯੂਪੀ ਤੋਂ ਆ ਕੇ ਇੱਥੇ ਭੈਣ ਜੋ ਸਰਪਾ ਮੈਂਬਰ ਬਣ ਗਿਆ ਆਪਣੇ ਦਾ ਸਿਰ 'ਚ ਗਲੀਆਂ ਕਰ ਦੂੰ ਮੈਨੂੰ ਜਿਤਾਇਓ ਚੰਗਾ
ਹਾਂ ਚਲੋ ਹੁਣ ਧੰਨਵਾਦ, ਅਸੀਂ ਹੋਰ ਵੀ ਪਿੰਡ 'ਚ ਗੇੜੇ ਗੂੜੇ ਦੇਣੇ ਆ ਅਤੇ ਸਾਰੇ ਜਣੇ 25 ਤਰੀਕ ਨੂੰ ਮੋਹਰਾ ਲਾ ਦਿਓ ਆਪਣੀ ਸੱਬਲ 'ਤੇ। ਅਤੇ ਨਾਲੇ ਹੋਰ ਬੇਨਤੀ ਆ ਭਾਈ, ਜਿਹਨੇ ਦਾ ਪੇਗ ਸੇਗ ਲਾਉਣਾ ਆਥਣੇ ਪੇਗ ਸੇਗ ਆ ਜਾਓ, ਜਿਹਨੇ ਬੱਤਾ ਪੀਣਾ ਬੱਤਾ ਪੀ ਲਓ, ਅਤੇ ਆਓ ਕਰ ਹਾਰ ਪਾਓ ਕਰਾਂ ਮੱਗਰ ਦੇ, ਮੱਗਰਾ ਤੇਰੀ ਸੋਚ ਤੇ ਮੱਗਰ ਦੀ ਬੱਲੇ ਬੱਲੇ ਆਜੋ ਆਜੋ ਪਾ ਦੋ ਪਾ ਦੋ ਲੈਣ ਚ ਕਰ ਜੋ ਲੈਣ ਚ ਲੈਣ ਚ ਆ ਜੋ ਐ ਲੈਣੋ ਬਾਹਰ ਆ ਹਾਂ। ਜਿੰਨੇ ਹਾਰ ਜੇ ਲੱਗਦੇ ਨੇ ਕੰਜਰ ਦੇ ਮੈਨੂੰ ਸਰਬਸੰਮਤੀ ਨਾਲ ਹੀ ਮੈਂਬਰ ਬਣਾ ਦਿੰਦੇ ਹੈ। ਚਲ ਉਹ ਵੀ ਆਪਾਂ ਜਿੱਤੀ ਪਏ ਆ, ਜਿੱਤੀ ਪਿਆ ਮਤਲਬ। ਚਲ ਆਪਾਂ ਉਧਰ ਵੀ ਦੂਜੇ ਬਰੂਟੇ ਥੱਲੇ ਵੀ ਜਾਣਾ। ਚੰਗਾ ਭਾਈ, ਸਤਿ ਸ੍ਰੀ ਅਕਾਲ ਸਾਰਿਆਂ ਦਾ, ਧੰਨਵਾਦ ਭਾਈ। ਆਜੋ ਆਜੋ ਦੱਸ। ਦੇਖਿਆ ਸੀ ਦਿਨੇ ਬੁੜਾ ਕਿਵੇਂ ਤੜਕ ਤੜਕ ਕੇ ਬੋਲਦਾ ਸੀ। ਹਾਂਜੀ ਮੈਂ ਦੇਖਿਆ ਸੀ ਕਿੰਨਾ ਬੋਲਦਾ ਉਹ, ਹਨਾ ਕੁਛ ਤਾਂ ਹੈ ਉਹਦੇ ਹੱਥ 'ਚ। ਭੈਣਾ ਯਾਰ ਪੂਰੀ ਗੜਕ 'ਚ ਬੋਲਦਾ ਸੀਗਾ, ਐਵੇਂ ਨਹੀਂ ਬੋਲਦਾ, ਕੁਛ ਨਾ ਕੁਛ ਤਾਂ ਹੈ ਮੇਰੇ ਸਾਲੇ ਦੇ ਹੱਥ 'ਚ। ਦੇ ਕਾਲੇ ਮੇਰੀ ਗੱਲ ਸੁਣੋ, ਉਹ ਹੰਕਾਰ ਪੈਸੇ ਦਾ, ਉਹਦੇ 'ਚ ਪੈਸਾ ਬੋਲਦਾ। ਸਹੀ ਗੱਲ ਆ ਭੈਣੇ, ਪੈਸੇ ਦਾ ਹੰਕਾਰ ਤੂੰ ਉਹਦੇ ਨਾਮ ਮੱਥੇ ਲੱਗ। ਹੁਣ ਤੇਰਾ ਕੀ ਮਤਲਬ ਆ, ਮੈਂ ਪਿੱਛੇ ਹਟ ਜਾ? ਤੇ ਹੋਰ ਤੂੰ ਕੀ ਆਵਾ ਤਵਾ ਬੋਲੀ ਜਾਂਦੀ ਹੈ? ਦੇਖ ਲਾ ਫਾਰਮ, ਮੇਰਾ ਬੰਦਾ ਖੜਾ ਹੋਇਆ ਵਾ, ਫਾਰਮ ਭਰਤੇ, ਪੋਸਟਰ ਲਾਈ ਜਾਂਦੇ ਆ, ਪ੍ਰਚਾਰ ਕਰੀ ਜਾਂਦੇ, ਹੁਣ ਮੈਂ ਪਿੱਛੇ ਕਿਵੇਂ ਹਟ ਜੂ? ਮੇਰੀ ਤਾਂ ਪਿੰਡ 'ਚ ਥੂ ਥੂ ਹੋ ਜੂਗੀ। ਵੇ ਕੁਛ ਨਹੀਂ ਹੁੰਦਾ, ਉਹ ਤਾਂ ਪੈਸੇ ਵਾਲਾ ਬੰਦਾ, ਉਹ ਲਾਲਾ ਵੀ ਉਹਨੂੰ ਪਤਾ ਨਹੀਂ ਕੀ ਗਿੱਦੜ ਸਿੰਘ ਦੀ ਸਗਾਈ ਬੈਠਾ ਹੁਣ। ਕੋਈ ਨਹੀਂ, ਦੇਖੀ ਜਾਊਗੀ ਜਿਹੜਾ ਕੁਛ ਹੁੰਦਾ ਵਾ। ਪੈਸੇ ਵਾਲਾ ਹੋਊਗਾ, ਆਪਦੇ ਘਰੇ ਹੋਊਗਾ, ਇਹ ਹੁਣ ਲੋਕਾਂ ਨੂੰ ਮੁੱਲ ਥੋੜ੍ਹੀ ਖਰੀਦ ਲੂਗਾ, ਲੋਕਾਂ ਦੇ ਜ਼ਮੀਰ ਤਾਂ ਨਹੀਂ ਵਿਕੇਗੇ। ਤੇ ਵਿਕੇ ਆ ਲੋਕਾਂ ਦੇ ਤਾਂ। ਮੇਰੀ ਗੱਲ ਸੁਣ ਭੈਣੇ, ਇਹ ਗੱਲ ਇਹ ਨਹੀਂ ਸਮਝਦਾ, 1800 ਵਾਰੀ ਮੈਂ ਇਹਦੇ ਕੰਨੀ ਪਾਤੀ ਇਹ ਗੱਲ, ਇਹ ਉਹ ਗੱਲ ਤੇ ਨਹੀਂ ਆਉਂਦਾ, ਇਹਦੇ ਨਾਲ ਮੰਗ ਦੀ ਮਾਰਨ ਦੀ ਕੋਈ ਲੋੜ ਨਹੀਂ, ਜਿਹੜਾ ਕੰਮ ਹੋ ਗਿਆ ਠੀਕ ਆ। ਚੱਲ ਜਿਹੜੀ ਸਾਡੀ ਵੋਟ ਆ ਉਹ ਤਾਂ ਚੱਲ ਤੈਨੂੰ ਪਾਉਣੀ ਆ। ਨਹੀਂ ਮੇਰੀ ਗੱਲ ਸੁਣ, ਅੱਜ ਜਦੋਂ ਆਪਣੇ ਮੱਗਰ ਨਾਲ ਟਾਕਰੇ ਹੋਏ ਸੀ, ਤੂੰ ਉਹਨੂੰ ਕੜਕ ਕੇ ਜਵਾਬ ਕਿਉਂ ਨਹੀਂ ਦਿੱਤਾ ਵੀ ਬਾਈ ਮੇਰੀ ਵੋਟ ਤਾਂ ਇੱਧਰ ਕਾਲੇ ਕੰਨੀ ਆ, ਤੂੰ ਉੱਥੇ ਹੋਰ ਹੀ ਕਹਿੰਦੀ ਦੋ ਮੱਲ ਘੁਲਣਗੇ ਘਟਾਊਆ। ਤੂੰ ਕਿਹੜੀ ਗੱਲ ਤਕਾਣੀ ਹੈਗੀ? ਸੌਕਣੇ ਮਰਜੇ ਤੂੰ ਥੇ ਹੋਣੇ, ਉਹ ਡਾਂਗ ਮਾਰਾਂ ਮੈਂ। ਤੂੰ ਕਹਿ ਵੀ ਮੈਂ ਕਾਲੇ ਕੰਨੀ ਆ, ਤੂੰ ਕਾਣੀ ਉਹਦੀ ਕਿਸੇ ਗੱਲੋਂ? ਤਾਂ ਮੈਨੂੰ ਤਾਂ ਕਿਸੇ ਤੱਕ ਵੀ ਕੰਮ ਪੈ ਜੂ। ਤੂੰ ਤਾਂ ਉੱਥੇ ਹੋਰ ਰੇਲੇ ਪੇਪੇ ਜੇ ਕਰਤੇ ਤੇ ਉਹ ਬੁੜੇ ਬੰਦੇ ਨਾਲ ਮੈਂ ਮਰਨਾ, ਮੇਰੇ ਪੈਰ ਤਾਂ ਮੱਗਰ ਨੇ ਲਾਏ ਇਸ ਪਿੰਡ 'ਚ। ਉਹ ਪੈਰ ਲਾਇਆ ਫਿਰ ਸਾਨ ਕੇਰਾਂ ਦਾ ਹੁੰਦਾ ਗੁਣਾ, ਹੁਣ ਸਾਰੀ ਉਮਰ ਉਹਦੇ ਮੂਰੇ ਕੋਡੀ ਥੋੜੀ ਹੋਈ ਰਹੇਗੀ। ਸਾਨੂੰ ਤਾਂ ਤੁਸੀਂ ਵੀ ਇੱਕੋ ਜਿਹਾ ਤੇ ਮੱਗਰ ਵੀ ਉਹੋ ਜਿਹਾ। ਫਿਰ ਮੈਂ ਤੈਨੂੰ, ਮੈਂ ਕਿਹੜਾ ਐਂ ਕਹਿੰਦਾ ਵੀ ਤੂੰ ਉਹਦੇ ਨਾਲ ਲੜ ਪਾ, ਪਰ ਇੱਕ ਪਾਸੇ ਹੋ ਕੇ ਰਹੀਦਾ ਹੁੰਦਾ, ਐਂ ਤਾਂ ਦੋਗਲਾਪਣ ਹੁੰਦਾ ਗਾ ਇਹ। ਲੈ ਹੁਣ ਇੱਕ ਪਾਸੇ ਇਹ ਆਪਾਂ ਨੂੰ ਡਰਾਈ ਜਾਂਦੀ ਹੈ, ਕਹਿੰਦੀ ਮੱਗਰ ਪੈਸੇ ਵਾਲਾ, ਮੱਗਰ ਤਕੜਾ, ਹੁਣ ਮੈਂ ਬੈਠ ਕਿਵੇਂ ਜਾਵਾਂ? ਮੈਨੂੰ ਤੁਸੀਂ ਦੱਸੋ ਪਿੰਡ ਵਾਲੇ ਕਿਵੇਂ ਥੂ ਥੂ ਨਹੀਂ ਕਰਨਗੇ ਹੁਣ? ਮੈਂ ਇਹ ਗੱਲ, ਟੈਨਸ਼ਨ ਨਾ ਲਓ, ਹੁਣ ਜਦੋਂ ਇੱਕ ਵਾਰੀ ਖੜੇ ਹੋ ਗਏ ਨਾ, ਬਸ ਦੇਖੀ ਜਾਓਗੀ, ਰੱਬ ਤੇ ਡੋਰਾ ਛੱਡ ਦੋ ਬਸ। ਦੇਖ ਆਪਾਂ ਜਿੱਤ ਵੀ ਸਕਦੇ ਹਾਂ, ਨਹੀਂ ਫਿਰ ਹਾਰ ਤਾਂ ਦੇਖ ਹੈਗੀ ਹੈਗੀ ਆ ਫਿਰ। ਹੈ ਸਕਦੇ ਆ ਆਪਾਂ ਤਾਂ ਵੇ, ਤੇਰੇ ਕੋਲੇ ਕੀ ਆ? ਤੇਰੇ ਕੋਲੇ ਜੂਆਂਗਾ, ਜਿੱਤੂਗਾ ਮੇਰਾ ਬੰਦਾ, ਮੈਨੂੰ ਪਤਾ। ਮੇਰੇ ਕੋਲੇ ਸਾਰਾ ਕੁਝ ਆ, ਮੇਰੇ ਕੋਲੇ ਬਾਹਰ ਰਹਿਣ ਦਾ ਤਜਰਬਾ, ਮੈਨੂੰ ਸਾਰਾ ਪਤਾ ਵੀ ਪਿੰਡ ਦੇ ਕੰਮ ਕਿਵੇਂ ਕਰਾਈਦੇ ਆ, ਕਿਵੇਂ ਬੋਲੀ ਚਾਲੀਦਾ। ਉਹਨੂੰ ਮੱਗਰ ਨੂੰ ਕੀ ਪਤਾ ਪਿੰਡੋਂ ਬਾਹਰ ਨਿਕਲਿਆ ਕਦੇ? ਉਹ ਕੀ ਪਤਾ ਉਹਨੂੰ ਇਹ ਗੱਲਾਂ ਦਾ? ਲੋਕ ਇਹ ਗੱਲ ਤਾਂ ਸੋਚਣਗੇ ਵੀ ਕਾਲਾ ਪੜਿਆ ਲਿਖਿਆ ਨੌਜਵਾਨ ਆ, ਸੂਝਵਾਨ ਆ, ਬਿਲਕੁਲ ਸੋਚਣਗੇ। ਹਾਂ ਤੇ ਨਾਲੇ ਬਾਕੀ ਮੱਗਰ ਦਾ ਉਹ ਦੇਖ ਤੁਸੀਂ, ਵੀਕ ਪੁਆਇੰਟ ਦੇਖੋ ਉਹਦਾ, ਜਿਹੜਾ ਉਹ ਬੁੜੀਆਂ ਕੁੜੀਆਂ ਛੇੜਦਾ ਪਿੰਡ 'ਚ, ਲੋਕ ਉਸ ਗੱਲ ਨੂੰ ਵੀ ਸੋਚਣਗੇ। ਓਏ ਮੈਨੂੰ ਤਾਂ ਨਹੀਂ ਕਦੇ ਛੇੜਿਆ ਮੱਗਰ ਨੇ, ਇਹ ਗੱਲ ਸਭ ਤੇਰੀ ਝੂਠ, ਰੱਬ ਵਰਗਾ ਬੰਦਾ ਗਾ, ਜਿੱਥੇ ਉਹਦੀ ਤਾਰੀਫ ਕਰੂੰਗੀ ਮੈਂ ਤਾਰੀਫ ਕਰੂੰਗੀ, ਤੂੰ ਲਾ ਕੇ ਮੇਰੇ 50 ਛਿੱਤਰ ਮਾਰ ਭਲਾ ਦੀ। ਉੱਤੋਂ ਉੱਤੋਂ ਬਗਲਾ ਬਣ ਕੇ ਰਹਿੰਦਾ ਗਾ, ਲੋਕਾਂ ਨੂੰ ਐਂ ਰੱਖਦਾ ਨਾ ਜਿਵੇਂ ਬਗਲਾ ਭਗਤੀ ਕਰੀ ਜਾਂਦਾ, ਦੂਜੀ ਲੱਤ ਨਾਲ ਮੱਛੀ ਫੜਦਾ ਗਾ।
ਨਹੀਂ ਮੈਂ ਜਾਣਦੀ ਹਾਂ ਉਹ ਕਿਹੋ ਜਿਹਾ ਆ ਮੋਗੇ ਵਿੱਚ ਦੀ 20 ਵਾਰੀ ਆ ਗਿਆ ਇੱਥੇ। ਚੱਲ ਤੁਸੀਂ ਆਪਦਾ ਕੰਮ ਕਰੋ ਬਸ, ਹੁਣ ਤਾਂ ਮੱਕਰ ਦੀ ਟੈਂਸ਼ਨ ਜਦੋਂ ਹੁਣ ਆਪਾਂ ਮੇਰੀ ਗੱਲ ਸੁਣ ਲੈ ਇਹ ਬਾਂਸ ਕੱਢ ਲੈਣ। ਹਾਂਜੀ ਹੁਣ ਤੂੰ ਡਰਨਾ, ਹੁਣ ਤਾਂ ਕਿਉਂ ਡਰਨਾ ਫਿਰ ਆਪਾਂ, ਠੀਕ ਹੈ ਨਾ, ਉਹ ਆਪਣੀ ਕਰਨਾ ਚਾਹੁਣ। ਤੇ ਨਾਲੇ ਮੇਰੀ ਗੱਲ ਸੁਣੋ, ਹੁਣ ਇੱਥੇ ਮੇਰੇ ਕੋਲ ਠੀਕ ਹੈ ਮੇਰੇ ਲਈ ਅੱਜ ਖਿਆਜੀ ਆਇਆ ਕਰਨਗੇ, ਵੀ ਮਾੜਾ ਮੋਟਾ ਦਾਰੂ ਪਿਆਲਾ ਚੱਲਿਆ ਕਰੂਗਾ, ਠੀਕ ਹੈ ਨਾ। ਕੋਈ ਗੱਲ ਨਹੀਂ ਸਿੰਦਰ ਪੈ ਜਾ ਕਰਾਂਗੇ। ਹਾਂ ਤੁਸੀਂ ਐਵੇਂ ਨਾ ਕਿਤੇ ਦੇਖ ਕੇ ਅੱਖਾਂ ਕੱਢੀ ਜਾਵੇ ਤਾਂ ਹੁਣ ਆਉਣਗੇ ਵੋਟਾਂ ਦੇ ਦਿਨ। ਦਾਰੂ ਪਿਆਲਾ ਤੇ ਹੋਰ ਬੇ ਕਾਲੇ, ਮੇਰੀ ਗੱਲ ਸੁਣੋ, ਇਹ ਕਿੰਨੇ ਕੁ ਦਿਨ ਚੱਲੂਗਾ? ਇਹ ਤਾਂ ਹੁਣ ਵੋਟਾਂ ਤੱਕ ਤਾਂ ਦੇਖ ਪਿਆਉਣੀ ਪਊਗੀ, ਤੇ ਐਂ ਪਤਾ ਇੱਕ ਅੱਧਾ ਦਿਨ ਬਾਅਦ ਵੀ ਚੱਲੇ ਨਾਲੇ ਲੋਕ। ਉਹ ਤਾਂ ਆਪਣੀ ਜਿੱਤਣ ਹਾਰ ਉੱਤੇ ਆ ਦੇਖ, ਜੇ ਤਾਂ ਜਿੱਤ ਗਏ ਤਾਂ ਬਾਅਦ 'ਚ ਵੀ ਚੱਲੂ, ਜੇ ਹਾਰ ਗਏ ਫਿਰ ਤਾਂ ਚੱਲਣਾ ਹੀ ਕੀ ਆ। ਜਿਹੜੀ ਵੰਡ ਜਾਂਦੀ ਉਹ ਉਹ ਤਾਂ ਅੱਡ ਰਹਿ ਗਈ ਆਥਣੇ, ਜਿੰਨਾ ਚਿਰ ਘਰੇ ਨਾ ਸੱਦ ਕੇ ਪਿਆਓ ਉਨਾ ਚਿਰ ਪਿਆਈ ਮੰਨੀ ਨਹੀਂ ਜਾਂਦੀ। ਇਹ ਪਿੰਡ ਦਾ ਇਹ ਅਸੂਲ ਨੇ ਇਹ, ਲੋਕਾਂ ਨੂੰ ਬਾਲਾ ਨਾ ਘਰੇ ਬਾੜੀ। ਹੁਣ ਲੋਕ ਤਾਂ ਜਿੰਨਾ ਕਿ ਆਉਣਾ ਉਹਨੇ ਤਾਂ ਭਾਈ ਆਉਣਗੇ, ਠੀਕ ਹੈ। ਹੁਣ ਜੇ ਮੋੜਾਂਗੇ ਤਾਂ ਫਿਰ ਵੋਟਾਂ ਵੀ ਮੁੜਨਗੀਆਂ, ਦੇਖ ਲਓ ਕਿਵੇਂ ਕਰਦੇ। ਚੱਲ ਕੋਈ ਨਹੀਂ ਜੀ, ਦੇਖੀ ਜਾਊਗੀ। ਮੈਂਬਰ ਨਹੀਂ ਗੱਲ ਸੁਣ ਤੂੰ, ਆਪਾਂ ਨੇ ਨਾ ਵੋਟ ਨਹੀਂ ਮੁੜਨ ਦੇਣੀ, ਚਾਹੇ ਕੋਈ ਕੰਮ ਕਰਨਾ ਪਵੇ, ਕੋਈ ਹੀਲਾ ਕਰਨਾ ਪਵੇ, ਚਾਹੇ ਬੋਤਲ ਨਾਲ, ਚਾਹੇ ਪਊਏ ਨਾਲ, ਚਾਹੇ ਅਧੀਏ ਨਾਲ, ਆਪਾਂ ਬੋਤਲ ਨਹੀਂ ਵੋਟ ਨਹੀਂ ਛੱਡਣੀ। ਹਾਂ ਆਹ ਗੱਲ ਤੂੰ ਲੱਖ ਰੁਪਏ ਦੀ ਕਰੀ, ਜੇ ਦੇਖ ਮੈਂਬਰ ਨਹੀਂ ਖਵਾਉਣਾ ਕਿ ਨਹੀਂ ਖਵਾਉਣਾ, ਮੈਂ ਤਾਂ ਖਵਾਉਣਾ, ਜੇ ਮੈਂਬਰ ਨਹੀਂ ਖਵਾਉਣਾ ਤਾਂ ਦੇਖ ਇੰਨਾ ਕੁ ਤਾਂ ਝੱਲਣਾ ਪਊਗਾ, ਥੋੜੇ ਦਿਨਾਂ ਦੀ ਗੱਲ ਹੈ, ਐਡੀ ਕਿਹੜੀ ਗੱਲ ਹੈ, ਪਾਣੀ ਹੈ ਤੱਤਾ ਪਾਣੀ ਹੈ। ਤਾਂ ਦੱਬ ਕੇ ਸੌਪਣੇ, ਚਾਰ ਪੰਜ ਦਿਨ ਮਿਹਨਤ ਕਰ ਲਾ, ਲੋਕਾਂ ਦੇ ਮਿੰਟਾਂ ਕਰ ਲੈ ਕਰ, ਕੀ ਹੈ ਇਹ ਸਾਰਾ ਤੱਤਾ ਪਾਣੀ ਹੁੰਦਾ ਗਾ, ਹੈ ਐਡੀ ਕਿੱਡੀ ਗੱਲ, ਆਪਾਂ ਚਾਹ ਪਾਣੀ ਨਹੀਂ ਪਿਉਂਦੇ ਕਿਸੇ ਨੂੰ, ਹੁੰਦਾ ਤਾਂ ਘਰ ਤੱਤਾ ਪਾਣੀ ਹੈ। ਹਾਂ ਹੁਣ ਐਂ ਕਰੋ ਤੁਸੀਂ, ਜੇ ਕੋਈ ਕੰਮ ਕਰ ਆ ਤਾਂ ਕਰ ਲਓ, ਤੇ ਸ਼ਿੰਦੀ ਨੂੰ ਮੈਂ ਘਰੇ ਛੱਡਿਆ ਉਹਨਾਂ ਦਾ। ਚੱਲ ਕੋਈ ਨਹੀਂ, ਮੈਨੂੰ ਭੱਬੂ ਖਾਂਦੇ ਰਾਤ ਹੋਈ, ਨਹੀਂ ਕੁਛ ਨਹੀਂ ਹੁੰਦਾ ਮੈਨੂੰ, ਸਭ ਪਤਾ ਗਲਗਾਂ ਦਾ ਇੱਥੋਂ ਦਾ, ਕੋਈ ਨਹੀਂ ਮੈਂ ਵਗ ਜੂੰਗੀ। ਚੱਲ ਫਿਰ ਹੁਣ ਤੂੰ ਕਿਵੇਂ ਆਉਣਾ? ਚੱਲ ਕੋਈ ਨਹੀਂ, ਟੈਨਸ਼ਨ ਨਾ ਲੈ, ਮੇਰੀ ਵੋਟ ਤਾਂ ਤੈਨੂੰ ਪਊਗੀ। ਬਸ ਠੀਕ ਆ, ਹੋਰ ਕੁਛ ਨਹੀਂ ਚਾਹੀਦਾ, ਇੰਨਾ ਤਾਂ ਪਤਾ ਮੈਨੂੰ। ਚੱਲ ਚੰਗਾ ਸੋਨੀ, ਮੈਨੂੰ ਪਤਾ ਤੇਰੀ ਹੁਣ ਲਿਆਜਣ, ਖਾਸ ਲਿਆਜਣਾ ਤੇਰੇ ਨਾਲ, ਕਿਹੜਾ ਉਹਦਾ ਅੱਜ ਦਾ ਬਾਗ ਆ। ਤੂੰ ਜਿਹੜੇ ਤੇਰੇ ਯਾਰ ਵੇਲੀ ਨੇ ਨਾ, ਉਹਨਾਂ ਨੂੰ ਪੱਕੇ ਕਰਕੇ ਰੱਖ। ਉਧਰ ਨੀ ਮੈਂ ਕਸਰ ਛੱਡਦਾ, ਮੈਂ ਕਿਉਂ ਕਸਰ ਛੱਡੂਗਾ, ਮੈਨੂੰ ਚੰਗਾ ਲੱਗੂਗਾ ਜੇ ਮੈਂ ਹਾਰ ਗਿਆ, ਹੈ ਕਿ ਨਹੀਂ? ਪੋਸਟਰ ਅਸੀਂ ਨੀ ਲਾਉਂਦੇ ਮਗਰ, ਕਿਉਂ ਨੀ ਲਾਉਂਦੇ? ਲਾ ਯਾਰ, ਇਹ ਤਾਂ ਕਾਲੇ ਦਾ ਪੱਕਾ ਆੜੀ ਹੈ ਯਾਰ। ਓਏ ਪਾਪਾ ਤਾਂ ਕਾਲੇ ਦੇ ਗੇਟ ਚ ਨਾ ਮੁੰਡਰੀਏ ਨੂੰ ਲਾ ਦੋ, ਲਾ ਦੋ ਯਾਰ। ਮਗਰਾ ਓਏ ਚਿੰਦੀ ਹੁੰਦੀ ਆ, ਕਿੱਧਰ ਤੁਰੀ ਫਿਰਦੀਆਂ ਰਾਤਾਂ ਨੂੰ ਤੂੰ? ਮੈਂ ਮਰਨੇ, ਤੂੰ ਅੱਧੀ ਰਾਤ ਫਿਰਦਾ ਗਲੀਆਂ 'ਚ, ਅਸੀਂ ਤਾਂ ਪੋਸਟਰ ਲਾਉਂਦੇ ਫਿਰਦੇ ਸੀ। ਜਦੋਂ ਬਣਿਆ ਪੋਸਟਰ ਦਾ, ਅੱਧੀ ਰਾਤ ਵੋਟਾਂ ਮੰਗਦਾ ਫਿਰਦਾ। ਰਾਤ ਨੂੰ ਵੀ ਵੋਟਾਂ ਮੰਗਣੀਆਂ ਤੇ ਤੂੰ ਦੱਸ ਕਿੱਧਰ ਫਿਰਦੀਆਂ ਰਾਤ ਨੂੰ ਇਕੱਲੀ? ਮੈਂ ਮਰਨਿਆ, ਮੈਂ ਤਾਂ ਕਾਲੇ ਕੇ ਘਰੇ ਗਈ ਸੀ ਘੰਟਾ ਕੁ, ਉਹਦਾ ਬਲੱਡ ਵਧਿਆ ਪਿਆ ਸੀ। ਕਾਲੇ ਦੇ ਟੱਟੇ ਫੜਨ ਗਈ ਸੀ ਭੈਣ? ਤੂੰ ਮਰ ਜਾ ਵੇ, ਤੇਰੀ ਸ਼ਰਮ ਹੈਗੀ, ਮੁੰਡੇ ਕੀ ਕਹਿਣਗੇ? ਮੁੰਡੇ ਕੀ ਕਹਿੰਦੇ ਨੇ? ਤੂੰ 70 ਸਾਲਾਂ ਦਾ ਹੋ ਕੇ ਤੂੰ ਵੋਟਾਂ 'ਚ ਉੱਠ ਖੜਾ ਹੈ, ਤੈਨੂੰ ਸ਼ਰਮ ਨਹੀਂ ਆਈ? 2 ਸਾਲ ਖੜ ਜਾਂਦਾ ਹਜੇ। ਮੰਗਰ ਜਿੱਤੂਗਾ, ਕਾਲੇ ਕੋਲੇ ਕਿ ਨਹੀਂ ਜਾਣਾ ਹੈਗਾ, ਮੇਰੇ ਨਾਲ ਚੱਲਿਆ ਕਰ ਪ੍ਰਚਾਰ ਕਰਨ। ਜੇ ਤੈਨੂੰ ਕਹਿੰਦਾ ਵੋਟਾਂ ਤਾਂ ਤੈਨੂੰ ਪਾਉਂਦਾ, ਇੱਕ ਗੱਲ ਦੱਸ ਮੈਨੂੰ, ਸ਼ਰਮ ਬੁੰਡ 'ਚ ਗੂੰ ਨਹੀਂ, ਕਾਮਾਂ ਨੂੰ ਸੈਂ ਤਾਂ ਵੀ ਅੱਜ ਖਾ ਲਓ ਹੈ। ਓਏ ਮਰੀ ਜਾਨੀ ਆ, ਪਕਾਈ ਮਾਰੀ ਜਾਨੀ ਆ। ਸੁਣ ਮਾਰੀ ਜੀ, ਪੋਸਟਰ ਜਾ ਕਿੱਥੇ ਲਾਇਆ? ਉਹ ਪੋਸਟਰ ਮੇਰੇ ਪਿੱਛੇ ਲੱਗਿਆ, ਮਰ ਜੇ ਤੂੰ ਬਾਹਰ 'ਚ ਲੱਗਿਆ ਸਾਡੇ।
ਮੈਂ ਕਿਤੇ ਪਿੱਛੇ ਲਈ ਢੂਹੀ ਤੇ ਲਾ ਕੇ ਪੈ ਜਾ ਕਰ ਭੈਣ ਚ ਹੁਣ ਵੋਟਾਂ ਫੜ ਕੇ ਇਧਰ ਆ ਗਿਆ ਮਾੜਾ ਚੋਂ ਨਿਸ਼ਾਨ ਤੇ ਲਾ ਦੇ ਦੇਖ ਲੋ ਯਾਰ ਤੁਸੀਂ ਭੈਣ ਦੇ ਖਸਮ ਆਪਦੀ ਸ਼ਰਮ ਨੀ ਹੁੰਦੀ ਇਹਨਾਂ ਦੀ ਪਾਉਂਗੀ ਤੂੰ ਮਰ ਜੇ ਵੋਟ ਪਾਉਂਗੀ ਤੈਨੂੰ ਕਾਲੇ ਕੋਲੇ ਨੀ ਜਾਣਾ ਮੈਂ ਕਾਲੇ ਨੂੰ ਮਰਨਾ ਮੂੰਹ ਮੱਥਾ ਤੇ ਰੱਖਣਾ ਹੀ ਆ ਚੱਲ ਚੰਗਾ ਚੜ੍ਹਦਾ ਦੁਸ਼ਮਣਾ ਕੋਲੇ ਤੁਰੀ ਫਿਰਦੀ ਆ ਯਾਰ ਉਹ ਵੋਟ ਤਾਂ ਆਪਣੀ ਆ ਯਾਰ ਵੋਟ ਤਾਂ ਆਪਣੀ ਆ ਕਿੱਥੇ ਆਪਣੇ ਨਾਲ ਆਵੇ ਨਾਲੇ ਉਂਗਲ ਮੰਗਲ ਕਰ ਲਈਏ।